ਅੰਮ੍ਰਿਤ ਵੇਲੇ ਗੁਰਦੁਆਰਾ ਸਾਹਿਬ ਦੇ ਵਿੱਚ ਸਿੰਘ ਸਾਹਿਬ ਦੇ ਜਾਗਣ ਦੇ ਹੋਕੇ ਨਾਲ ਹੀ ਅੱਖ ਖੁੱਲ੍ਹ ਗਈ ਅੱਜ ਤਾਂ, ਅਤੇ ਨਾ ਹੀ ਅੱਜ ਅਲਾਰਮ ਨੂੰ ਵੇਟ ਕਰਨੀ ਪਈ ਕਿ 5-5 ਮਿੰਟ ਬਾਅਦ ਉਹਨੂੰ ਫਿਰ ਮੈਂ ਬੰਦ ਕਰਦਾ ਰਹਾਂ, ਕਿਉਂਕਿ ਅੱਜ ਸਫ਼ਰ ਜੋ ਸ਼ੁਰੂ ਹੋਣਾ ਸੀ, ਸਫ਼ਰ ਸੀ ਇਹ ਲੇਹ ਲੱਦਾਖ ਜੋ ਮੇਰੇ ਸੁਪਨਿਆਂ ਦੀ ਧਰਤੀ ਹੈ। ਪਰ ਤਿਆਰੀ ਕਰਦੇ ਕਰਦਿਆਂ ਐਡਾ ਦਿਨ ਕਦੋਂ ਚੜ੍ਹ ਗਿਆ ਪਤਾ ਹੀ ਨਹੀਂ ਲੱਗਿਆ, ਸੋ ਪਾ ਕੇ ਲੀੜਾ ਲੱਤਾ, ਹੁਣ ਆਪਾਂ ਤਿਆਰ ਸੀ ਸਫ਼ਰਾਂ ਦੇ ਵੱਲ, ਪਰ ਦਿਲ ਧੜਕ ਧੜਕ ਵੱਜ ਰਿਹਾ। ਸਮਾਨ ਤਾਂ ਇਸ ਵਕਤ ਮੈਂ ਬੰਨ ਲਿਆ ਅਤੇ ਖੁਸ਼ੀ ਬਹੁਤ ਆ ਗਈ ਕਿ ਅੱਜ ਫਾਈਨਲੀ ਆਪਾਂ ਚੱਲੇਗੇ। ਪਰ ਨਾਲ ਨਾ ਜਿਵੇਂ ਹੁੰਦੀ ਨਹੀਂ ਤਾਂ ਘਰੋਂ ਜਦੋਂ ਕਾਫੀ ਟਾਈਮ ਬਾਅਦ ਆਪਾਂ ਜਾਂਦੇ ਹਾਂ ਕਿਤੇ ਵੀ, ਘਬਰਾਹਟ ਜੀ ਹੁੰਦੀ ਹੈ ਵੀ ਯਾਰ ਕੋਈ ਇੱਕ ਦਿਨ ਹੋਰ ਰਹਿ ਜਾ, ਇੱਕ ਦਿਨ ਹੋਰ ਰਹਿ ਜਾ, ਕੋਈ ਨਾ ਕੱਲ੍ਹ ਨੂੰ ਸੀ, ਕੱਲ੍ਹ ਨੂੰ ਸੀ, ਪਰ ਨਿਕਲਾਂਗੇ ਤਾਂ ਅੱਜ। ਜਿਵੇਂ ਉਹ ਨਹੀਂ ਹੁੰਦਾ ਵੀ ਅਤੇ ਮੈਂ ਇੱਕ ਦਿਨ ਹੋਰ ਰੱਖ ਲਾ, ਉਹ ਹਿਸਾਬ ਕਿਤਾਬ ਆ। ਫਿਲਹਾਲ ਸਮਾਨ ਬੰਨ ਲਿਆ ਅਤੇ ਨਿਕਲ ਦੇਵਾਂਗੇ ਆਪਾਂ ਫਟਾਫਟ, ਪ੍ਰਸ਼ਾਦਾ ਪਾਣੀ ਛੱਕ ਲਈਏ। ਗੁਰਵਰ ਅਕਾਲ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਸਵਾਗਤ ਕਰ ਰਿਹਾ ਤੁਹਾਡਾ ਨਵੇਂ ਵਲੌਗ ਅਤੇ ਨਵੀਂ ਵੀਡੀਓ ਦੇ ਵਿੱਚ। ਅਤੇ ਅੱਜ ਆਪਾਂ ਸਫ਼ਰ ਸ਼ੁਰੂ ਕਰਨਾ ਗਾ ਲੇਹ ਲੱਦਾਖ ਦੇ ਸਫ਼ਰ ਦਾ, ਅੱਜ ਆਪਣਾ ਪਹਿਲਾ ਦਿਨ ਆ। ਅੱਜ ਪਿੰਡੋਂ ਚੱਲਾਂਗੇ, ਪਿੰਡੋਂ ਚੱਲ ਕੇ ਕੋਸ਼ਿਸ਼ ਆ ਰਵਾਲਸਰ ਪਹੁੰਚਣ ਦੀ। ਰਵਾਲਸਰ ਪਹੁੰਚਾਂਗੇ ਜਾਂ ਮੰਡੀ, ਇਹ ਹਜੇ ਡਿਸਾਈਡ ਨਹੀਂ ਹੈ, ਇਹ ਰਾਤ ਦੇ ਵਿੱਚ ਆਪਾਂ ਡਿਸਾਈਡ ਕਰਾਂਗੇ। ਦੋਨਾਂ ਜਗ੍ਹਾਵਾਂ ਦੇ ਵਿੱਚੋਂ ਇੱਕ ਜਗ੍ਹਾ ਅੱਜ ਆਪਾਂ ਅੱਜ ਦਾ ਆਪਣਾ ਰਾਤ ਦਾ ਪੜਾਅ ਕਰਾਂਗੇ, ਰਾਤ ਦਾ ਡੇਰਾ ਕਰਾਂਗੇ। ਫਿਲਹਾਲ ਟਾਈਮ ਖਾਸਾ ਹੋ ਗਿਆ, ਸਵੇਰੇ ਅੰਮ੍ਰਿਤ ਵੇਲੇ ਤੋਂ ਲੱਗਿਆ ਹੋਇਆ ਤਿਆਰੀ ਕਰਨ ਦੇ ਵਿੱਚ, ਅਤੇ ਹੁਣ ਧੁੱਪ ਸਿਰ ਤੱਕ ਚੜਿਆ ਹੀ। ਅੱਜ ਉੱਦਾਂ ਵੀ ਵੱਟ ਬਹੁਤ ਜ਼ਿਆਦਾ ਹੋਇਆ ਪਿਆ ਗਾ, ਗਰਮੀ ਬਹੁਤ ਜ਼ਿਆਦਾ ਆ, ਉਹਦੇ ਕਰਕੇ ਕੰਮ ਵੀ ਥੋੜ੍ਹਾ ਸਲੋ ਹੋਇਆ ਗਾ। ਹੁਣ ਆਪਾਂ ਇੱਥੋਂ ਪਿੰਡੋਂ ਨਿਕਲਾਂਗੇ, ਪਿੰਡੋਂ ਨਿਕਲ ਕੇ ਆਪਣੇ ਇਹ ਸਫ਼ਰ ਦੀ ਆਗਾਜ਼ ਕਰਾਂਗੇ। ਅਤੇ ਸਫ਼ਰ ਨੂੰ ਸ਼ੁਰੂ ਕੀਤਾ ਗਾ, ਤੁਹਾਡੀ ਸਪੋਰਟ ਆ ਗਈ, ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਆ ਕਰੋ ਤਾਂ ਕਿ ਆਪਣੇ ਚੈਨਲ ਦੀ ਰੀਚ ਜਿਹੜੀ ਪਹਿਲਾਂ ਵਾਲੀ ਸੀ ਦੁਬਾਰਾ ਤੋਂ ਉਹੀ ਆ ਜੇ, ਕਿਉਂਕਿ ਜੇ ਵੀਡੀਓ ਤੁਸੀਂ ਸ਼ੇਅਰ ਕਰੇਗੇ ਤਾਂ ਹੀ ਇਹਦੀ ਰੀਚ ਬਣਨੀ ਹੈਗੀ, ਨਹੀਂ ਫਿਰ ਔਖਾ ਹੋ ਜਾਂਦਾ ਗਾ। ਅਤੇ ਇਹ ਸੋਰਾ ਖਿੱਚ ਕੇ ਰੱਖਿਆ ਕਰੋ, ਆਪਣਾ 100% ਇਹ ਹੁੰਦਾ ਕਿ ਪਰਿਵਾਰ ਦੇ ਵਿੱਚ ਬਹਿ ਕੇ ਹੀ ਤੁਸੀਂ ਸਾਰੀ ਇਹ ਵੀਡੀਓ ਦੇਖੋ। ਜੇ ਇਕੱਲੇ ਦੇਖਦੇ ਹੋ ਤਾਂ ਵੀ ਪਰਿਵਾਰ ਨਾਲ ਦੇਖਿਆ ਕਰੋ, ਕੁਝ ਨਾ ਕੁਝ ਸਾਰਿਆਂ ਨੂੰ ਇਹਦੇ ਵਿੱਚ ਇਨਫੋਰਮੇਸ਼ਨ ਜ਼ਰੂਰ ਮਿਲੂਗੀ, ਚੰਗੀ ਲੱਗੂਗੀ। ਇੱਕ ਚੀਜ਼ ਹੋਰ ਅਪਡੇਟ ਦੇਣੀ ਸੀ, ਇਹ ਪਹਿਲਾ ਵਲੌਗ ਆ, ਪਹਿਲੇ 3 ਵਲੌਗਾਂ ਦੇ ਵਿੱਚ ਇਹ ਚੀਜ਼ ਆਪਾਂ ਸਾਂਝੀ ਕਰਦੇ ਰਹਾਂਗੇ ਤੁਹਾਡੇ ਨਾਲ ਕਿ ਦੇਖੋ ਤੁਸੀਂ ਵੀਡੀਓ ਦੇਖਦੇ ਹੋ ਹੁਣ, ਆਪਾਂ ਵੀਡੀਓ ਪਾਉਂਦੇ ਹਾਂਗੇ, ਪਰ ਮੈਂ ਆਪਦੇ ਵਾਸਤੇ ਗਿਫਟ ਲਿਆਉਂਦਾ, ਤੁਹਾਡੇ ਵਾਸਤੇ ਵੀ ਇਸ ਵਾਰੀ ਗਿਫਟ ਲੈ ਕੇ ਆਉਂਦੇ ਹਾਂ। ਜਿਹੜੀਆਂ ਆਪਣੀਆਂ ਅਖੀਰੀ 3 ਵੀਡੀਓ ਹੋਣਗੀਆਂ ਸਫ਼ਰ ਦੀਆਂ, ਉਹਦੇ ਵਿੱਚ ਨਾ ਆਪਾਂ ਤੁਹਾਨੂੰ ਪੁੱਛਾਂਗੇ ਕੋਈ ਗੱਲ ਵੀ ਆਪਣੇ ਮਤਲਬ ਸਫ਼ਰ ਦੇ ਵਿੱਚ ਆਹ ਚੀਜ਼ ਇੱਥੇ ਇੱਦਾਂ ਹੋਈ ਸੀ, ਉਹ ਕਿਹੜੀ ਜਗ੍ਹਾ ਸੀ ਜਾਂ ਉਹ ਜਗ੍ਹਾ ਕੀ ਸੀ ਜਾਂ ਕੀ ਇੰਸੀਡੈਂਟ ਹੋਇਆ ਸੀ ਆਪਣੇ ਨਾਲ, ਹੈ ਨਾ, ਕੀ ਉਹ ਚੀਜ਼ ਗੱਲ ਵਾਪਰੀ ਸੀ। ਜਿਹੜੇ ਵੀਰ ਭਾਈ ਉਹਦਾ ਕਮੈਂਟ ਦੇ ਵਿੱਚ ਸਹੀ ਜਵਾਬ ਦੇਣਗੇ ਅਖੀਰੀ ਵੀਡੀਓ ਦੇ ਵਿੱਚ, ਉਹਨਾਂ ਵਾਸਤੇ ਆਪਾਂ ਸਪੈਸ਼ਲ ਤੋਹਫੇ ਜਿਹੜੇ ਸਾਰੇ ਸਫ਼ਰ ਦੇ ਵਿੱਚੋਂ ਕਲੈਕਟ ਕਰਕੇ ਲੈ ਕੇ ਆਵਾਂਗੇ, ਉਹ ਉਹਨਾਂ ਨੂੰ ਦੇਣੇ ਆ, ਠੀਕ ਹੈ। ਮਤਲਬ ਵੀ ਅਖੀਰੀ ਵੀਡੀਓ ਦੇ ਵਿੱਚ ਤੁਹਾਡੇ ਤੋਂ, ਯਾਨੀ ਕਿ ਸਿੱਧੀ ਭਾਸ਼ਾ ਦੇ ਵਿੱਚ ਕਹਾਂ ਤਾਂ ਅਖੀਰੀ ਵੀਡੀਓ ਦੇ ਵਿੱਚ ਤੁਹਾਨੂੰ ਕੋਈ ਸਵਾਲ ਪੁੱਛਾਂਗੇ, ਸਫ਼ਰ ਦੇ ਵਿੱਚੋਂ ਸਵਾਲ ਹੋਣਗੇ, ਵੀਰ ਭਾਈ ਸਹੀ ਦੱਸ ਦੂਗਾ ਅਤੇ ਉਹਨੂੰ ਆਪਾਂ ਆਪਣੇ ਇਹ ਤੋਹਫੇ ਭੇਜਾਂਗੇ। ਇੰਸਟਾਗ੍ਰਾਮ 'ਤੇ ਜ਼ਰੂਰ ਫੋਲੋ ਕਰ ਲਓ, ਕਿਉਂਕਿ ਲਾਈਵ ਟਰੈਕਿੰਗ ਲਾਈਵ ਅਪਡੇਟ ਇੰਸਟਾਗ੍ਰਾਮ 'ਤੇ ਮਿਲਦੀ ਰਹਿੰਦੀ ਆ। ਬੈਗ ਬੁਗ ਬੰਨ ਲਏ, ਪੂਰਾ ਤਿਆਰ ਹੈਗਾ, ਅਤੇ ਦੋਨੇ ਆਹ ਟੇਲ ਬੈਗ ਆ ਗਏ, ਆਹ ਦੋਨੇ ਸੈਡਲ ਬੈਗ ਆ ਗਏ, ਅਤੇ ਆਹ ਟੇਲ ਬੈਗ ਆ ਗਿਆ। ਟੇਲ ਬੈਗ ਦੇ ਵਿੱਚ ਹੀ ਆਪਾਂ ਜਿਹੜਾ ਇਹ ਆਪਣਾ ਟੈਂਟ ਸੀਗਾ ਉਹ ਬੰਨਿਆ ਹੈਗਾ, ਅਤੇ ਉੱਤੇ ਇਹਦੇ ਇੱਕ ਜਾਲ ਆ ਗਾ ਨੈੱਟ, ਉਹ ਬੰਨਿਆ ਹੈਗਾ। ਇਹ ਵਧੀਆ ਚੀਜ਼ ਹੈਗੀ, ਐਮਾਜ਼ੋਨ ਤੋਂ ਮੰਗਵਾਈ ਸੀ ਮੈਂ, ਖੈਰ ਮੈਨੂੰ ਵਧੀਆ ਲੱਗਿਆ ਇਹ ਵੀ ਐਂ ਜਾਲ ਜਾਲ ਨਾਲੇ ਅਟੈਚ ਕਰ ਦਿੰਦਾ, ਠੀਕ ਹੈਗਾ। ਅਤੇ ਬਾਕੀ ਆ ਸਾਰਾ ਤਿਆਰ ਆ। ਇਹ ਹੈਗਾ ਆਪਣਾ ਫੋਨ ਹੋਲਡਰ, ਜਿਹਦੇ ਵਿੱਚ ਫੋਨ ਹੋਲਡ ਕਰਾਂਗੇ, ਅਤੇ ਇਹ ਮੂਹਰੇ ਕੈਮਰਾ ਜੇ ਲਾਉਣਾ ਪਿਆ ਤਾਂ ਮਾਊਂਟ ਆ, ਅਤੇ ਇਹ ਪੰਪ ਆ। ਇਹ ਅਕਾਲ ਪੁਰਖ ਜੀਓ, ਅੱਜ ਦਾ ਸਫ਼ਰ ਸ਼ੁਰੂ ਕਰਨ ਲੱਗਿਆ, ਸਫ਼ਰ ਸ਼ੁਰੂ ਕਰਨ ਦੀ ਆ ਗਿਆ ਬਖਸ਼ੋ, ਜੋ ਵੀ ਹੋਵੇ ਉਹ ਆਪ ਜੀ ਦੇ ਭਾਣੇ ਅੰਦਰ ਮਿੱਠਾ ਕਰਕੇ ਮੰਨਣ ਦਾ ਬਲ ਬਖਸ਼ੋ। ਮੇਰਾ ਅੱਜ ਦਾ ਇਹ ਦਿਨ ਅਤੇ ਸਭਨਾਂ ਦਾ ਹੀ, ਮੈਨੂੰ ਸਾਰੇ ਚਾਹੁਣ ਵਾਲਿਆਂ ਦਾ, ਪੂਰੇ ਸੰਸਾਰ ਦਾ ਇਹ ਦਿਨ ਵਧੀਆ ਸੁੱਖਿਆ ਭਰਿਆ ਬਤੀਤ ਹੋਵੇ। ਅੰਗ ਸੰਗ ਹੋ ਕੇ ਸਹਾਈ ਹੋਣਾ, ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ।
ਲਓ ਜੀ, ਪਿੰਡ ਦੀਆਂ ਗਲੀਆਂ ਦੇ ਵਿੱਚੋਂ ਇਹ ਸਫ਼ਰ ਸ਼ੁਰੂ ਕਰ ਦਿੱਤਾ ਅਤੇ ਹੁਣ ਇੱਥੋਂ ਆਪਾਂ ਚੱਲਾਂਗੇ ਅੱਜ ਦਾ ਜਿਹੜਾ ਸਫ਼ਰ ਆਪਣਾ ਤਕਰੀਬਨ ਇਹ ਰਹਿਣ ਵਾਲਾ ਗਾ ਇਹ 295 ਕਿਲੋਮੀਟਰ ਦੇ ਲਗਭਗ ਆ। ਪਿੰਡੋਂ ਚੱਲਾਂਗੇ, ਰਵਾਲਸਰ ਜਾਣਾ ਆਪਾਂ, ਰਵਾਲਸਰ ਜਾ ਕੇ ਰਾਤ ਕੱਟਾਂਗੇ ਕਿਉਂਕਿ ਮੇਰਾ ਵੀ ਦਿਲ ਸੀਗਾ ਰਵਾਲਸਰ ਦਾ। ਬਾਕੀ ਕੱਲ੍ਹ ਮੈਂ ਵੀਡੀਓ 'ਚ ਮੈਨਸ਼ਨ ਕੀਤਾ ਸੀਗਾ, ਜਿੰਨੇ ਕੁ ਮੈਂ ਕਮੈਂਟ ਦੇਖੇ ਸੀ ਉਹ ਸਾਰੇ ਰਵਾਲਸਰ ਦੇ ਆਏ ਸੀਗੇ, ਅਤੇ ਰਵਾਲਸਰ ਜਾ ਕੇ ਆਪਾਂ ਆਪਣੀ ਪਹਿਲੀ ਰਾਤ ਕੱਟਾਂਗੇ ਕਿਉਂਕਿ ਮੈਂ ਹਜੇ ਤੱਕ ਗਿਆ ਨਹੀਂ ਰਵਾਲਸਰ। ਉੱਥੇ ਗੁਰਦੁਆਰਾ ਸਾਹਿਬ ਦਸ਼ਮ ਪਾਤਸ਼ਾਹ ਦਾ ਸਥਾਨ ਹੈ, ਗੁਰੂ ਨਾਨਕ ਦੇਵ ਜੀ ਵੀ ਆਏ ਆ। ਉੱਥੇ ਦੇਖਣ ਵਾਲੀ ਚੀਜ਼ ਇਹ ਆ ਕਿ ਗੁਰੂ ਨਾਨਕ ਦੇਵ ਜੀ ਪਾਤਸ਼ਾਹ ਨੂੰ ਹਨਾ ਦੋ ਧਰਮ ਦੇ ਲੋਕ ਪੂਜਦੇ ਆ ਅਤੇ ਅਲੱਗ ਅਲੱਗ ਰੂਪ ਦੇ ਵਿੱਚ ਪੂਜਿਆ ਜਾਂਦਾ ਇੱਕੋ ਥਾਂ ਦੇ ਉੱਤੇ ਗੁਰੂ ਨਾਨਕ ਦੇਵ ਜੀ ਪਾਤਸ਼ਾਹ ਨੂੰ। ਅਤੇ ਹੁਣ ਉਹ ਸਾਰਾ ਚੱਲ ਕੇ ਆਪਾਂ ਰਵਾਲਸਰ ਦੇਖਾਂਗੇ ਅਤੇ ਫਿਲਹਾਲ ਆਪਾਂ ਇੱਥੋਂ ਪਿੰਡੋਂ ਨਿਕਲ ਦਿਆਂਗੇ ਅਤੇ ਵੱਡੇ ਰੋਡ 'ਤੇ ਚੜ੍ਹਦੇ ਹਾਂ। ਖਾਂਦੀ ਵੱਟ ਵਟਾਈ ਚੱਲੀ ਰਹੀ, ਚੰਗਾ ਵੇ ਗੋਗੂ ਬਾਏ। ਹਾਂ ਹੁਣ ਚੱਲਿਆ, ਮੋਟਰਸਾਈਕਲ ਦੀ ਫੁੱਲ ਕਰਾ ਲਈ ਆ ਅਤੇ ਸਾਰੇ ਡੰਡੇ ਹੋ ਗਏ, 850 ਤੇਲ ਪਿਆ ਗਾ ਹੋਰ, ਅਤੇ ਪਹਿਲਾਂ ਵੀ ਤੇਲ ਸੀਗਾ ਖਾਸਾ ਇਹ 'ਚ, ਅਤੇ ਹੁਣ ਅਜੇ ਦੇਖਾਂਗੇ ਟੋਟਲ ਖਰਚਾ ਖੁਰਚਾ ਕਿੰਨਾ। ਅਤੇ ਪਹਿਲਾਂ ਤੇਲ 850 ਰੁਪਏ ਦਾ ਰਿਕਾਰਡ ਕਰ ਰਹੇ ਹਾਂ ਆਪਾਂ ਟੋਟਲ, ਪਹਿਲੀ ਟੈਂਕੀ ਇੱਥੋਂ ਫੁੱਲ, ਇਹ ਤੋਂ ਬਾਅਦ ਟੈਂਕੀਆਂ ਪਤਾ ਲੱਗ ਜੂ, ਚਲੋ ਇੱਥੇ ਤੱਕ ਤਾਂ ਆਪਾਂ ਮਿਣਾਂਗੇ ਨਹੀਂ ਕਿੰਨੀਆਂ ਟੈਂਕੀਆਂ ਟੋਟਲ ਤੇਲ ਦੀਆਂ ਲੱਗਣੀਆਂ। ਇਹ ਪਹਿਲੀ ਟੈਂਕੀ ਆ, BP ਹੰਡਿਆਏ ਤੋਂ ਫੁੱਲ ਕਰਾਈ, ਨਾਲੇ ਉੱਥੋਂ ਹੁਣ ਹਵਾ ਦਾ ਜਿਹੜਾ ਟਾਇਰਾਂ ਦਾ ਪ੍ਰੈਸ਼ਰ ਵਗੈਰਾ ਉਹ ਚੈੱਕ ਕਰ ਲਾਂਗੇ। ਲਓ ਜੀ ਬਾਈ, ਹੰਡਿਆਏ ਆਪਾਂ ਪਹੁੰਚ ਗਏ, ਹੰਡਿਆਏ ਪਹੁੰਚ ਕੇ ਹੁਣ ਅੱਗੇ ਨਾ ਬਰਨਾਲੇ ਤੋਂ ਆਪਾਂ ਲਵਾਂਗੇ ਬਾਈਪਾਸ ਤੋਂ, ਬਰਨਾਲੇ ਜਿਹੜਾ ITI ਚੌਂਕ ਵੱਜਦਾ ਗਾ ਉਹਦੇ ਤੋਂ ਅੰਦਰ ਨੂੰ ਹੋ ਜਾਵਾਂਗੇ ਅਤੇ ਉਹਦੇ ਤੋਂ ਅੱਗੇ ਸਿੱਧੀ ਉਹ ਜਿਹੜੀ ਸੜਕ ਜਾਂਦੀ ਆ ਬਾਇਆ ਸੰਘੇੜਾ ਹੋ ਕੇ ਰਾਏਕੋਟ, ਰਾਏਕੋਟ ਨੂੰ ਉੱਥੋਂ ਸਿੱਧੇ ਹੋ ਜਾਵਾਂਗੇ, ਰਾਏਕੋਟ ਤੋਂ ਅੱਗੇ ਸਿੱਧਾ ਫਿਰ ਬਾਈਪਾਸ ਲੁਧਿਆਣਾ, ਲੁਧਿਆਣੇ ਤੋਂ ਅੱਗੇ ਜਿਹੜਾ ਰੋਡ ਆਪਾਂ ਨੂੰ ਚੱਲੂ ਆਪਾਂ ਜੀ ਰੋਪੜ ਵਾਲੇ ਪਾਸੇ। ਅੱਜ ਜਿੰਨਾ ਵੀ ਮੈਕਸੀਮਮ ਟਾਈਮ ਲੱਗਣਾ ਨਾ ਉਹ ਆਪਾਂ ਨੂੰ ਇਸੇ ਰੂਟ 'ਤੇ ਲੱਗਣਾ ਗਾ ਕਿਉਂਕਿ ਇਹ ਸਿੰਗਲ ਸੜਕ ਹੈਗੀ ਅਤੇ ਉੱਥੇ ਸਿੰਗਲ ਸੜਕ ਆ, ਟ੍ਰੈਫਿਕ ਇੱਥੇ ਫਿਰ ਓਵਰਟੇਕ ਕਰਨਾ ਬਹੁਤ ਔਖਾ ਹੋ ਜਾਂਦਾ ਜਦੋਂ ਤਾਂ ਖੁੱਲ੍ਹਾ ਜਿਹਾ ਟਾਈਮ ਹੁੰਦਾ ਟ੍ਰੈਫਿਕ ਹੁੰਦੀ ਆ। ਇੱਥੇ ਤਾਂ ਚਲੋ ਵਧੀਆ ਵੀ ਆਪਦੀ 70-80 ਦੀ ਮੈਕਸੀਮਮ ਸਪੀਡ ਮੇਨਟੇਨ ਹੁੰਦੀ ਆ ਕਿਉਂਕਿ ਪਿੰਡਾਂ 'ਚੋਂ ਆਉਂਦੀਆਂ ਸੜਕਾਂ ਨੇ, ਕਦੇ ਵੀ ਕੁਛ ਨਿਕਲ ਸਕਦਾ ਸਾਈਡ ਤੋਂ। ਮੈਂ ਸੋਚਿਆ ਸੀ ਰਿਹਤਰ ਤਾਂ ਲੱਦਾਖ 'ਚ ਜਾ ਕੇ ਦੇਖਾਂਗੇ ਵਧੀਆ ਐਂ ਲਿਪੜਾਂਗੇ, ਪਰ ਇਹ ਸਾਰਾ ਐਕਸਪੀਰੀਅੰਸ ਪੰਜਾਬ ਵੀ ਕਰਾ ਆਉਂਦਾ। ਇਹ ਦਰਾਹੇ ਵਾਲਾ ਜਿਹੜਾ ਸਾਰਾ ਪੈਚ ਹੈਗਾ ਉਹ ਲੰਘ ਕੇ ਆਏ ਹਾਂ ਹੁਣ ਆਪਾਂ, ਇਹ ਪੈਚ ਨੂੰ ਵੀ ਪਤਾ ਹੀ ਨਹੀਂ ਕਿੰਨਾ ਕੁ ਟਾਈਮ ਹੋ ਗਿਆ, ਇਹ ਐਂ ਪਿਆ ਗਾ ਬਣਿਆ ਹੀ ਨਹੀਂ। ਚਲੋ ਜੀ ਹੁਣ ਇਹ ਰਾੜਾ ਸਾਹਿਬ ਵਾਲੀ ਜਿਹੜੀ ਨਹਿਰ ਆ ਗਈ ਉਹਦੇ ਕੰਢੇ 'ਤੇ ਚੱਲ ਪਿਆ, ਸਾਹਮਣੇ ਲਿਖਿਆ ਹੋਇਆ ਸ਼੍ਰੀ ਅਨੰਦਪੁਰ ਸਾਹਿਬ 91 ਕਿਲੋਮੀਟਰ, ਰੋਪੜ ਰਹਿ ਗਿਆ ਆਪਾਂ ਨੂੰ 54 ਕਿਲੋਮੀਟਰ, ਚੰਡੀਗੜ੍ਹ ਜਾਣਾ ਨਹੀਂ ਪਰ ਫਿਰ ਵੀ ਉਹ 93 ਕਿਲੋਮੀਟਰ ਦਾ ਬੋਰਡ ਲੱਗਿਆ ਹੋਇਆ ਗਾ। ਅਤੇ ਹੁਣ ਇੱਥੇ ਦੇਖਦੇ ਹਾਂ, ਖੜ੍ਹਦੇ ਹਾਂ ਯਾਰ, ਬਹੁਤ ਟਾਈਮ ਹੋ ਗਿਆ ਚੱਲੇ ਨੂੰ ਅਤੇ ਹੁਣ ਤਾਂ ਸਫ਼ਰ ਵੀ ਨਹੀਂ ਕੀਤਾ ਕਦੇ ਇੰਨਾ ਲੰਬਾ, ਕੋਈ ਮਾੜੀ ਜਿਹੀ ਸਪੇਸ ਦੇਖਦਾ ਜਿੱਥੇ ਮੇਰੇ ਖੜ੍ਹਨ ਨੂੰ ਹੋਵੇ ਅਤੇ ਫਿਰ ਖੜ੍ਹਦੇ ਹਾਂ। ਲੁਧਿਆਣੇ ਜ਼ਿਲ੍ਹੇ ਕੋਲ ਹੁਣ ਆਪਾਂ ਸੀਲੋ ਕਲਾਂ ਕੋਲ ਪਹੁੰਚ ਗਏ ਅਤੇ ਆਹ ਪੁੱਲ ਜਿਹੜੇ ਲੁਧਿਆਣੇ ਵਾਲੇ ਉਹਨਾਂ ਨੂੰ ਪਤਾ ਹੀ ਹੋਊ, ਅਸੀਂ ਵੀ ਕਈ ਵਾਰੀ ਲੰਘੇ ਆਂਗੇ ਅਤੇ ਜਦੋਂ ਇਹਦੇ 'ਤੇ ਇੱਕ ਟਾਈਮ 'ਤੇ ਇੱਕ ਚੀਜ਼ ਜਾਂ ਤਾਂ ਜਾ ਸਕਦੀ ਆ ਜਾਂ ਆ ਸਕਦੀ ਆ, ਫਿਲਹਾਲ ਆਉਣ ਵਾਲਿਆਂ ਦੀ ਵਾਰੀ ਆ।
ਤੇ ਜਦੋਂ ਜਾਣ ਵਾਲਿਆਂ ਦੀ ਵਾਰੀ ਆਊ ਆਪਾਂ ਤੁਰ ਪਾਂਗੇ, ਤੇ ਆਹ ਮੂਹਰੇ ਗੱਡੀ ਤੰਗ ਕਰੀਏ, ਨਹੀਂ ਤਾਂ ਖੈਰ ਲੰਘ ਜਾਂਦੇ ਆਪਾਂ। ਚਲੋ ਜੀ, ਵਾਰੀ ਆਪਣੀ ਆ ਗਈ, ਮੂਹਰੇ ਗੱਡੀ ਲੱਗ ਗਈ। ਹੁਣ ਇਹਦੇ ਕਰਕੇ ਥੋੜ੍ਹਾ ਬਹੁਤਾ ਰੇਤਾ ਪੈ ਸਕਦਾ, ਨਹੀਂ ਆਪਾਂ ਸੁੱਕੇ ਲੰਘ ਜਾਂਦੇ। ਪੁਲ ਵੀ ਪੂਰਾ ਟੁੱਟਿਆ ਹੀ ਪਿਆ ਗਾ, ਇਹ ਨਹੀਂ ਹੈਗਾ ਪੁਲ ਸਾਫ਼ ਤਾਂ ਹੋਵੇ ਜਾਂ ਇਹਦੀ ਸੜਕ ਸਾਫ਼ ਤੀ ਹੋਵੇ। ਥੱਲੋਂ ਪਾਣੀ ਦੀ ਛਣ ਛਣ ਦੀ ਆਵਾਜ਼ ਮਿੱਠੀ ਮਿੱਠੀ ਉਹ ਵੀ ਆਈ ਜਾਂਦੀ ਹੈ ਨਾਲ ਨਾਲ। ਚਲੋ ਜੀ ਚਲੋ, ਅਤੇ ਨਵੇਂ ਪੁਲ ਦਾ ਤਾਂ ਡਬਲ ਕਰਨ ਦਾ ਕੰਮ ਚੱਲ ਰਿਹਾ ਮੇਰੇ ਖਿਆਲ ਨਾਲ, ਤਾਂ ਕਰਕੇ ਫਿਰ ਭਾਈ ਇਹ ਵੀ ਨਹੀਂ ਬਣਿਆ। ਅਤੇ ਇੱਧਰ ਬਿਜਲੀ ਬਣਾਉਣ 'ਤੇ ਲੱਗੇ ਪਏ ਆ ਪ੍ਰਸ਼ਾਸਨ ਵਾਲੇ। ਚਲੋ ਨਿਬੜ ਗਿਆ ਟੁੱਟਾ, ਅਤੇ ਕਾਫ਼ੀ ਲੰਬੇ ਟਾਈਮ ਤੋਂ ਅਸੀਂ ਟੁੱਟਿਆ ਜਿਹਾ ਪਿਆ, ਅਤੇ ਪੁਲ ਦਾ ਕੰਮ ਵੀ ਅਸੀਂ ਜੇ ਖੜਾ ਗਾ। ਅਸੀਂ ਮੇਰੇ ਖਿਆਲ ਨਾਲ ਮੈਂ 2 ਸਾਲ ਪਹਿਲਾਂ ਆਇਆ ਸੀ ਇੱਧਰ, ਅਤੇ ਉਦੋਂ ਦਾ ਅਸੀਂ ਜੇ ਖੜਾ, ਇਹ ਚੱਕਰ ਪਤਾ ਨਹੀਂ ਕੀ ਆ। ਅਤੇ ਇੱਥੋਂ ਹਜੇ ਆਪਣੀ ਵਾਟ ਜਿਹੜੀ ਦਿਖਾ ਰਿਹਾ ਗੂਗਲ ਮੈਪ ਉਹ 4 ਘੰਟੇ 5 ਮਿੰਟ ਦੀ ਆ, ਕੋਈ ਵੀ ਆਪਾਂ ਸਟੋਪ ਨਹੀਂ ਲਿਆ ਹਜੇ ਤੱਕ। ਬਸ ਮਾੜੀ ਜਦੋਂ ਹਵਾ ਪਾਣੀ ਚੈੱਕ ਕੀਤੀ ਸੀ ਮੋਟਰਸਾਈਕਲ ਦੀ ਵੀ ਓਕੇ ਆ, ਬੈਗ ਬੁਗ ਤਾਂ ਨਹੀਂ ਹਿੱਲੇ, ਇੱਧਰ ਮੁੜ ਕੇ ਹਜੇ ਤੱਕ ਖੜ੍ਹੇ ਨਹੀਂ। ਹੁਣ ਕੋਈ ਵਧੀਆ ਜੀ ਥਾਂ ਦੇਖਦਾ ਅਤੇ ਉੱਥੇ ਖੜਾਂਗੇ, ਉੱਥੇ ਖੜ੍ਹ ਕੇ ਫਿਰ ਪਾਣੀ ਪੂਣੀ ਪੀਂਦੇ ਹਾਂ, ਹਜੇ ਪਾਣੀ ਵੀ ਨਹੀਂ ਪੀਤਾ। ਇਹ ਨਾ ਹੋਵੇ ਕਿਤੇ ਪਹਾੜਾਂ 'ਚ ਪਹੁੰਚਣ ਤੋਂ ਪਹਿਲਾਂ ਹੀ ਬੋਡੀ ਨੂੰ ਡੀਹਾਈਡਰੇਟ ਕਰਵਾ ਲਾਂ। ਜੀ ਇਸ ਵਕਤ ਦਰਾਹਾ ਲੰਘ ਕੇ ਗੁਰਦੁਆਰਾ ਕਟਾਣੀ ਸਾਹਿਬ ਤੋਂ ਥੋੜ੍ਹਾ ਜਿਹਾ ਟਾਈਮ ਪਹਿਲਾਂ ਪਰੂ ਕੇ ਤਕਰੀਬਨ 120 ਕਿਲੋਮੀਟਰ ਦਾ ਸਫ਼ਰ ਆਪਾਂ ਪਿੱਛੇ ਕੱਢਿਆ, ਪਿੰਡ ਤੋਂ ਚੱਲਿਆ ਨੂੰ 120 ਕਿਲੋਮੀਟਰ ਹੋ ਗਏ, ਅਤੇ ਹੁਣ ਇਹ ਸਾਰਾ ਜਿਹੜਾ ਦਰਾਹੇ ਵਾਲਾ ਰੇਤੇ ਭਰਿਆ ਸਫ਼ਰ ਲੰਘ ਕੇ ਮੇਨ ਹਾਈਵੇ ਦੇ ਉੱਤੇ ਖੜ੍ਹਿਆ, ਅਤੇ ਇੱਧਰ ਨਾਲ ਵਗ ਰਹੀ ਹੈ ਨਹਿਰ, ਅਤੇ ਠੰਡੀ ਠੰਡੀ ਆ ਰਹੀ ਹਵਾ। ਪਿੰਡ ਜਿਹੜੀ ਪੈ ਰਹੀ ਸੀਗੀ ਨਾ ਜੇਠ ਹੜ੍ਹ ਵਾਲੀ ਗਰਮੀ, ਉਹ ਤੋਂ ਮਾੜਾ ਜਿਹਾ ਆਗਿਆ ਦਿੰਦੇ ਆ। ਧੰਨਵਾਦ ਬਾਈ, ਸਾਹਮਣੇ ਦੇਖੀ ਦੇਖੀ ਕਿਤੇ ਨਹਿਰ ਕਿ ਨਹੀਂ ਹੋ ਜੇ। ਅਤੇ ਹੁਣ ਇੱਕ ਵਾਰੀ ਫਿਰ ਤੋਂ ਬੈਗ ਬੂਗ ਚੈੱਕ ਕਰ ਲਏ, ਅਤੇ ਚੈੱਕ ਕਰਨ 'ਤੇ ਪਤਾ ਲੱਗਿਆ ਜੀ ਇੱਕ ਰੱਸੀ ਨਿਕਲ ਗਈ ਸੀ। ਇਹ ਰੱਸੀ ਥੋੜ੍ਹੀ ਜਿਹੀ ਬਾਈ ਨੇ ਬੰਨ੍ਹੀ ਸੀ, ਚਲੋ ਢਿੱਲੀ ਰਹਿ ਗਈ, ਆਵਾਜ਼ ਜ਼ਰੂਰ ਆਈ ਸੀ ਪਰ ਕੋਈ ਉੱਦਾਂ ਦੀ ਇਹਨੇ ਹਰਕਤ ਨਹੀਂ ਕੀਤੀ ਵੀ ਜਿਹਦੇ ਨਾਲ ਆਪਣਾ ਨੁਕਸਾਨ ਹੁੰਦਾ। ਅਤੇ ਇਹਨੂੰ ਹੁਣ ਮੈਂ ਥੋੜ੍ਹਾ ਜਿਹਾ ਟਾਈਟ ਕਰਕੇ ਬੰਨ੍ਹ ਦੂੰਗਾ, ਅਤੇ ਇਹ ਰੱਸੀ ਮਾੜੀ ਢਿੱਲੀ ਰਹਿ ਗਈ, ਚਲੋ ਇੱਕ ਵਾਰੀ ਅੜਕਾਵਾ ਕਰ। ਅਤੇ ਹਜੇ ਸਫ਼ਰ ਆਪਣਾ ਪਿਆ ਗਾ, ਇਹ ਸਫ਼ਰ ਹਜੇ ਆਪਣਾ 3 ਘੰਟੇ 40 ਮਿੰਟ ਦਾ ਪਿਆ, ਯਾਨੀ ਕਿ 174 ਕਿਲੋਮੀਟਰ ਜਿਹੜੇ ਉਹ ਬਾਕੀ ਦਿਖਾ ਰਿਹਾ ਗਾ। ਅਤੇ ਹੁਣ ਇੱਥੋਂ ਨਿਕਲ ਦਿਆਂਗੇ ਅਤੇ ਆਪਾਂ ਚੱਲ ਦਿਆਂਗੇ ਅੱਗੇ 100 ਕਿਲੋਮੀਟਰ ਦੀ ਵਾਟ ਹੋਰ ਕੱਢ ਕੇ, ਫਿਰ ਕਿਤੇ ਰੁਕਾਂਗੇ ਕਿਉਂਕਿ ਲਗਾਤਾਰ ਜਦੋਂ ਸਫ਼ਰ ਨਹੀਂ ਕੀਤਾ ਹੁੰਦਾ ਨਾ ਤਾਂ ਲੰਬੀਆਂ ਵਾਟਾਂ ਨਿਕਲਦੀਆਂ ਨਹੀਂ, ਨਹੀਂ ਤਾਂ ਅਸੀਂ ਸਪਲੈਂਡਰ 'ਤੇ ਵੀ ਅਸੀਂ 500-500 ਕਿਲੋਮੀਟਰ ਕੱਢਿਆ ਹੋਇਆ ਗਾ ਵੀ ਨਹੀਂ ਤਾਂ ਸੱਚ। ਹਾਂ ਇੱਕ ਚੀਜ਼ ਹੋਰ, ਆਹ ਆਪਣਾ ਮੋਟਰਸਾਈਕਲ ਖੜ੍ਹਾ ਬਈ, ਇਹਦਾ ਨਾਂ ਰੱਖਣਾ ਗਾ ਅਤੇ ਨਾਂ ਦੱਸੋ ਕੀ ਰੱਖੀਏ। ਮੇਰੇ ਗਰਮ ਹੋ ਗਈ ਲੱਗ ਗਈ ਥੱਲੇ ਸਲੈਂਸਰ 'ਤੇ ਮੱਚ ਗਈ, ਚੱਲ ਕੋਈ ਨਾ ਬੱਚਤ ਰਹੇਗੀ। ਅਤੇ ਮੇਰੇ ਦਿਮਾਗ ਦੇ ਵਿੱਚ ਤਾਂ ਨਾਮ ਇਹਦਾ ਰੱਖਣਾ ਹੈਗਾ ਆਪਾਂ ਮੋਟਰਸਾਈਕਲ ਦਾ, ਹੁਣ ਤੁਸੀਂ ਬੁੱਝੋ ਇਹ ਕੀ ਨਾਂ ਰੱਖੇ। ਮੈਂ ਤਾਂ ਇਹਦਾ ਨਾਂ ਸਰਕਾਰ ਰੱਖਣਾ ਚਾਹੁੰਦਾ, ਸਰਕਾਰ ਰੱਖ ਦਿੰਦੇ ਇਹਦਾ ਅਤੇ ਵਧੀਆ ਰਹੂ ਵੀ ਐਂ ਹੁੰਦਾ ਮੋਟਰਸਾਈਕਲ ਦਾ ਨਾਂ ਰੱਖਣ ਨੂੰ, ਹੋਰ ਤਾਂ ਕੀ ਨਹੀਂ। ਇਹਦੇ ਨਾਲ ਹੀ ਗੱਲਾਂ ਬਾਤਾਂ ਮਾਰਦੇ ਜਾਵਾਂਗੇ, ਜਦੋਂ ਸੋਲੋ ਰਾਈਡ 'ਚ ਆਂਗੇ ਤਾਂ ਇਹਦਾ ਨਾਂ ਲੈ ਕੇ ਇਹਨੂੰ ਬੁਲਾ ਲਿਆ, ਐਂ ਲੱਗਦਾ ਰਹਿੰਦਾ ਵੀ ਇਹਦੇ ਨਾਲ ਗੱਲਾਂ ਕਰਦੇ ਰਹਿੰਦੇ ਹਾਂ, ਕਿਉਂਕਿ ਆਪਣੇ ਜਿੰਨਾ ਸਫ਼ਰ ਆਪਣਾਗਾ ਉਦੋਂ ਵੱਧ ਕੇ ਇਹਦਾ ਕਿਤੇ ਜ਼ੋਰ ਲੱਗਣਾ ਵਿਚਾਰੇ ਦਾ। ਅਤੇ ਤੁਸੀਂ ਦੱਸਿਓ ਯਾਰ ਨਾਂ, ਵਧੀਆ ਜਿਹਾ ਨਾਂ ਦੱਸਿਓ ਕੋਈ, ਅਤੇ ਉਹੀ ਨਾਂ ਆਪਾਂ ਇਹਦਾ ਰੱਖਾਂਗੇ, ਠੀਕ ਹੈ ਜੀ। ਹਾਂਜੀ, 5 ਕੁ ਮਿੰਟ ਆਪਾਂ ਨਹਿਰ ਦੇ ਕਿਨਾਰੇ ਰੈਸਟ ਕਰਨ ਤੋਂ ਬਾਅਦ ਹੁਣ ਤਿਆਰ ਹਾਂਗੇ ਚੱਲਣ ਲਈ। ਅਤੇ ਇਹ ਜਿਹੜੀ ਸਿੱਧੀ ਸੜਕ ਆ ਰਹੀ ਹੈ ਨਾ ਰੋਪੜ ਤੋਂ ਨਿਕਲਦੀ ਆ, ਇਹ
ਜਦੋਂ ਧੰਨ ਗੁਰੂ ਗੋਬਿੰਦ ਸਿੰਘ ਜੀ ਪਾਤਸ਼ਾਹ ਜਦੋਂ ਰਾਜਿਆਂ ਦੇ ਘੇਰਾ ਪਾਉਣ 'ਤੇ ਗੁਰੂ ਗੋਬਿੰਦ ਸਿੰਘ ਜੀ ਪਾਤਸ਼ਾਹ ਨੇ ਅਨੰਦਪੁਰ ਸਾਹਿਬ ਦਾ ਕਿਲ੍ਹਾ ਛੱਡਿਆ ਸੀ ਸਿੰਘਾਂ ਦੀ ਫਰਿਆਦ ਦੇ ਉੱਤੇ ਅਤੇ ਮਾਤਾ ਜੀ ਦੇ ਕਹਿਣ 'ਤੇ, ਤਾਂ ਫਿਰ ਇਹ ਤੋਂ ਬਾਅਦ ਪਰਿਵਾਰ ਵਿਛੋੜਾ ਹੋਣ ਤੋਂ ਬਾਅਦ ਦਮਦਮਾ ਸਾਹਿਬ ਨੂੰ ਜਾਂਦੇ ਹੋਏ ਉਹਨਾਂ ਨੇ ਇਹ ਰਸਤੇ ਉੱਪਰ ਦੀ ਗਏ ਸੀ, ਮਤਲਬ ਇੱਧਰ ਦੀ ਗਏ ਸੀਗੇ, ਅਤੇ ਇਹ ਗੁਰੂ ਗੋਬਿੰਦ ਸਿੰਘ ਜੀ ਮਾਰਗ ਦੇ ਵਿੱਚ ਇਹ ਜਿਹੜਾ ਰਸਤਾ ਗਾ ਇਹ ਗੁਰੂ ਗੋਬਿੰਦ ਸਿੰਘ ਜੀ ਮਾਰਗ ਹੈਗਾ। ਜਿੱਥੇ ਵੀ ਨਾ ਇੱਦਾਂ ਦੇ ਜਿਹੜੇ ਨੀਲੇ ਬੋਰਡ ਜਿਵੇਂ ਲੱਗੇ ਹੁੰਦੇ ਹੈਗੇ, ਅਤੇ ਉਹ ਜਿਹੜਾ ਰਸਤਾ ਹੁੰਦਾ ਉਹ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਾਰਗ ਦੇ ਵਿੱਚ ਸਮੂਲੀਅਤ, ਯਾਨੀ ਕਿ ਉਹ ਰਾਹ ਜਿਹੜਾ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਾਰਗ ਆ। ਚਮਕੌਰ ਸਾਹਿਬ ਇਸ ਵਕਤ ਆਪਾਂ ਲੰਘ ਰਹੇ ਹਾਂਗੇ, ਅਤੇ ਇੱਧਰਲੇ ਪਾਸੇ ਚਮਕੌਰ ਸਾਹਿਬ ਗੁਰਦੁਆਰਾ ਸਾਹਿਬ ਰਹਿ ਗਿਆ, ਅਤੇ ਇਹ ਦਾਸਤਾਨ ਏ ਸ਼ਹਾਦਤ ਬਣਿਆ ਹੋਇਆ ਇੱਥੇ, ਅਤੇ ਸ਼ਾਮ ਨੂੰ ਵੀ ਇੱਥੇ ਵਧੀਆ ਹੁੰਦਾ ਸ਼ੋਅ, ਅਤੇ ਉੱਦਾਂ ਫਰੀ ਹੈ ਇਹ ਮੇਰੇ ਖਿਆਲ ਨਾਲ ਟਿਕਟ ਇਹਦੀ, ਅਤੇ ਸਕੂਲ ਵਾਲਾ ਹੁਣ ਜਿਵੇਂ ਉਹ ਟੂਰ ਆਇਆ ਹੋਇਆ ਆਉਂਦੇ ਹੈਗੇ, ਅਤੇ ਅੰਦਰ ਸਕਰੀਨਾਂ ਵਗੈਰਾ ਲੱਗੀਆਂ ਹੋਈਆਂ ਨੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਦੇ ਰਿਗਾਰਡਿੰਗ, ਜਿਹੜੀ ਸਾਰਾ ਇਤਿਹਾਸ ਹੈਗਾ ਉਹ ਦੱਸਦਿਆ। ਇਸ ਬੋਰਡ ਦੀ ਮੈਂ ਗੱਲ ਕਰ ਰਿਹਾ ਸੀ, ਜਿਵੇਂ ਲਿਖਿਆ ਨਾ ਗੁਰਦੁਆਰਾ ਸ਼੍ਰੀ ਗੜ੍ਹੀ ਸਾਹਿਬ ਸ਼੍ਰੀ ਚਮਕੌਰ ਸਾਹਿਬ, ਜਿਹੜਾ ਇੱਦਾਂ ਦਾ ਬੋਰਡ ਹੁੰਦਾ ਹੈ ਨਾ ਜਿਹੜਾ ਇਹ ਲੱਗਿਆ ਹੁੰਦਾ ਮੀਲ ਪੱਥਰ, ਅਤੇ ਇਹ ਜਿੱਥੇ ਵੀ ਲੱਗਿਆ ਹੋਇਆ ਉਹ ਰਸਤਾ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਾਰਗ ਆ, ਕਿ ਜਾਣੀ ਕਿ ਗੁਰੂ ਗੋਬਿੰਦ ਸਿੰਘ ਜੀ ਪਾਤਸ਼ਾਹ ਉਸ ਰਸਤੇ ਗਏ ਸਨ ਦਮਦਮਾ ਸਾਹਿਬ ਵੱਲ। ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਾਰਗ ਪਹਿਲਾਂ ਪਟਨਾ ਸਾਹਿਬ ਤੋਂ ਚੱਲ ਕੇ ਅਨੰਦਪੁਰ ਸਾਹਿਬ, ਫਿਰ ਅਨੰਦਪੁਰ ਸਾਹਿਬ ਤੋਂ ਚੱਲ ਕੇ ਦਮਦਮਾ ਸਾਹਿਬ, ਦਮਦਮਾ ਸਾਹਿਬ ਤਲਵੰਡੀ ਸਾਬੋ ਤੋਂ ਚੱਲ ਕੇ ਹਜ਼ੂਰ ਸਾਹਿਬ, ਇਹ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਾਰਗ ਆ ਕੰਪਲੀਟ। ਅਤੇ ਬਹੁਤ ਸਥਾਨ ਇਹਦੇ ਵਿੱਚ ਆਪਾਂ ਕੀਤੇ ਹੋਏ ਹੈਗੇ ਸ਼ੁਰੂ ਦੇ ਵਿੱਚ, ਸ਼ੁਰੂਆਤੀ ਜਦੋਂ ਯੂਟਿਊਬ ਸ਼ੁਰੂ ਕੀਤਾ ਸੀਗਾ, ਅਤੇ ਜੇ ਦਰਸ਼ਨ ਮੇਲਾ ਕਰਨਾ ਤਾਂ ਪੁਰਾਣੀ ਵੀਡੀਓ, ਬਹੁਤ ਪੁਰਾਣੀ ਵੀਡੀਓ, ਸ਼ੁਰੂਆਤੀ ਵੀਡੀਓ ਜਾ ਕੇ 2 ਸਾਲ ਪਹਿਲਾਂ ਆ, ਕੱਢ ਕੇ ਭਾਈ ਤੁਸੀਂ ਦੇਖ ਸਕਦੇ ਹੋ। ਹੁਣ ਚਮਕੌਰ ਸਾਹਿਬ ਆਪਾਂ ਲੰਘੇ, ਅਤੇ ਇੱਥੋਂ ਹੁਣ ਜਾਣਾ ਰੋਪੜ, ਅਤੇ ਰੋਪੜ ਤੋਂ ਬਾਅਦ ਫਿਰ ਅੱਗੇ ਆਪਾਂ ਚੱਲਦੇ ਹਾਂ। ਖਾਲਸਾ ਅੱਗੇ ਲੰਘ ਕੇ ਇੱਕ ਢਾਬੇ 'ਚ ਰੁਕਿਆ, ਨਾਮ ਇਹਦਾ ਪਤਾ ਨਹੀਂ, ਫਰੈਂਡਸ ਢਾਬਾ, ਅਤੇ ਇੱਥੇ ਹੁਣ ਕੁਛ ਚਾਹ ਚੁੱਪੀ ਕੇ ਚੱਲਦੇ ਹਾਂ। ਥੋੜ੍ਹਾ ਜਿਹਾ ਟਾਈਮ ਹੋ ਗਿਆ ਸਫ਼ਰ ਕੀਤੇ ਨੂੰ, ਸੋ ਇੰਨਾ ਲੰਬਾ ਸਫ਼ਰ ਹੁੰਦਾ ਵੀ ਨਹੀਂ। ਕਿਲੋਮੀਟਰ ਹਜੇ ਆਪਣੇ ਕੋਲ ਬਚੇ 116, 2 ਘੰਟੇ 37 ਮਿੰਟ ਦੀ ਵਾਟ ਬਚੀ ਆ। ਫਿਲਹਾਲ ਢਾਬੇ 'ਚ ਬੈਠੇ ਜਿੱਥੇ ਬਾਈ ਬੱਸ ਵਾਲਿਆਂ ਨੇ ਜ਼ੋਰ ਜ਼ੋਰ ਦੀ ਹਾਕਾਂ ਮਾਰੀ ਆ ਰਿਹਾ, ਗਰਮੀ ਬਹੁਤ ਅੱਜ, ਅਤੇ ਉੱਪਰੋਂ ਰਾਈਡਿੰਗ ਜੈਕਟ ਪਾਈ ਹੋਈ ਆ। ਮੈਨੂੰ ਲੱਗਦਾ ਜਿਹੜਾ ਵੀ ਮੇਰੀ ਜੈਕਟ ਪਾਈ ਦੇਖਦਾ ਹੋਊਗਾ ਨਾ, ਉਹਨੂੰ ਵੀ ਗਰਮੀ ਆਉਣ ਲੱਗ ਜਾਂਦੀ ਹੋਊ। ਅਤੇ ਅੱਜ ਇੱਧਰ ਨੂੰ ਮੌਸਮ ਠੀਕ ਹੈਗਾ, ਪਰ ਆਪਣੇ ਵਾਲੇ ਪਾਸੇ ਤਾਂ ਖਾਸਾ ਬੁਰਾ ਹਾਲ ਆ ਮਾਲਵੇ 'ਚ, ਤਾਂ ਪੌਦਾ ਵਾਲੇ ਏਰੀਆ ਠੰਡਾ ਗਾ, ਬੱਦਲ ਜਿਹੇ ਵੀ ਹੋ ਰੱਖਿਆ, ਪਰ ਹੁੰਮਸ ਉੰਨੀ ਹੋਈ ਆ, ਗਰਮੀ ਉੰਨੀ ਹੀ ਲੱਗ ਰਹੀ ਆ, ਖਾਸੀ ਗੱਲਬਾਤ ਆ। ਅੱਜ ਤਾਂ ਮੁੜਕ ਮੁੜ ਕੇ ਹੋਇਆ ਪਿਆ ਕੰਮ। ਚਲੋ ਹੁਣ ਇੱਥੇ ਮੈਂ ਇੱਕ ਚਾਹ ਮੰਗਾਈ ਆ, ਨੀਂਦ ਜੀ ਆ ਰਹੀ ਸੀ, ਅਤੇ ਚਾਹ ਪੀ ਲਈਏ, ਉੱਦਾਂ ਵੀ 2 ਵਜੇ ਵਾਲੀ ਚਾਹ ਦਾ ਟਾਈਮ ਹੋ ਗਿਆ, ਟਾਈਮ ਦੇ ਪੱਕੇ ਚਾਹ ਪੀ ਕੇ ਕੁਛ ਨਾਲ ਇੱਕ ਅੱਧੀ ਪੈਟੀ ਜਾਂ ਸਮੋਸਾ ਖਾ ਕੇ ਚੱਲਦੇ ਹਾਂ, ਦੇਖਣ ਗਿਆ ਬਾਈ ਪੈਟੀ ਹੈਗੀ ਆ ਕਿ ਨਾ, ਜੇ ਸਮੋਸਾ ਹੋਇਆ ਤਾਂ ਸਮੋਸਾ, ਵੀ ਫਿਰ ਪੈਟੀ ਖਾ ਕੇ ਆਪਾਂ ਅੱਗੇ ਚੱਲਦੇ ਹਾਂ। ਕੀਰਤਪੁਰ ਸਾਹਿਬ ਰੁਕਾਂਗੇ ਨਹੀਂ, ਆਪਾਂ ਸਿੱਧਾ ਬਾਈਪਾਸ ਲੰਘ ਕੇ ਮਨਾਲੀ ਵਾਲੇ ਰੋਡ 'ਤੇ ਪੈ ਜਾਂਗੇ। ਕੀਰਤਪੁਰ ਸਾਹਿਬ ਤੋਂ ਫਿਲਹਾਲ ਆਉਣ ਦਿਉ, ਫਿਰ ਮੈਂ ਖਾਣਾ ਮਾੜਾ ਮੋਟਾ ਕੁਛ। ਲਓ ਜੀ, ਫਰੈਂਡਾਂ ਦੇ ਢਾਬੇ ਤੋਂ ਇੱਕ ਵਾਰੀ ਆਪਾਂ ਚਾਹ ਪੀ ਕੇ ਨਿਕਲ ਪਏ, ਨਾਲ ਹੀ ਸੀ ਇਹਦੇ ਟੂਰਿਸਟ ਆਰ ਜੇ ਢਾਬਾ, ਹੈ ਏਸੀ ਸੀ, ਇੱਧਰ ਵਧੀਆ ਰਹਿੰਦਾ ਮੇਰੇ ਖਿਆਲ ਨਾਲ, ਮੈਂ ਉੱਧਰ ਵੱਸਣ ਦੀ, ਚਲੋ ਆਮ ਤਾਂ ਵਧੀਆ ਸੀ, ਐਂ ਸੀ ਚੀਜ਼ ਤਾਜ਼ੀ ਸੀ ਵਧੀਆ। ਪੈਟੀ ਖਾਧੀ, ਪੈਟੀ ਉੰਨੀ ਸਵਾਦ ਤਾਂ ਨਹੀਂ ਸੀ, ਪਰ ਜਿਹੜੀ ਚਾਹ ਉਹਨਾਂ ਨੇ ਬਾਈ ਨੇ ਸਵਾਦ ਬਣਾਈ, ਉਹਨੇ ਪੈਟੀ ਵਾਲਾ ਵੀ ਜਿਹੜਾ ਸੀਗੇ ਨੰਬਰ ਘਟੇ ਸੀ ਨਾ ਉਹਦੇ, ਉਹ ਵੱਧ ਗਿਆ। ਕੀਰਤਪੁਰ ਸਾਹਿਬ ਪਹੁੰਚ ਗਏ ਆਪਾਂ, ਅਤੇ
ਇੱਥੇ ਗੁਰਦੁਆਰਾ ਸਾਹਿਬ ਨੂੰ ਇੱਕ ਪਾਸੇ ਸੜਕ ਮੁੜ ਜਾਂਦੀ ਆ, ਉਹ ਸਾਹਮਣੇ ਜਿੱਥੇ ਬੋਰਡ ਲੱਗਿਆ ਹੋਇਆ, ਪਰ ਆਪਾਂ ਜਿਹੜਾ ਮਨਾਲੀ ਨੂੰ ਲੰਘ ਜਾਣਾ ਗਾ ਇੱਥੋਂ, ਉਹ ਟਰੱਕ ਦੇ ਬਾਈ ਦੇ ਪਿੱਛੇ ਪਿੱਛੇ, ਇਹ ਜਿਹੜਾ ਸੈਂਟਰ 'ਚ ਉਹ ਸਿੱਧਾ ਪੁੱਲ ਚੜ੍ਹ ਰਿਹਾ, ਉਹ ਮਨਾਲੀ ਆ ਗਿਆ, ਅਤੇ ਸਿੱਧੀ ਇਹ ਅਨੰਦਪੁਰ ਸਾਹਿਬ ਨੂੰ ਲੰਘ ਗਈ, ਅਤੇ ਇੱਧਰ ਗੁਰਦੁਆਰਾ ਕੀਰਤਪੁਰ ਸਾਹਿਬ ਨੂੰ। ਚਲੋ ਹੁਣ ਆਪਾਂ ਮਨਾਲੀ ਵਾਲਾ ਪੁੱਲ ਚੜ੍ਹ ਜਾਂਦੇ ਹਾਂ ਭਾਈ, ਅਤੇ ਬਸ ਹੁਣ ਥੋੜ੍ਹੀ ਦੂਰ ਹੀ ਆ, ਇਹ ਤੋਂ ਬਾਅਦ ਛੋਟੇ ਛੋਟੇ ਪਹਾੜ ਸ਼ੁਰੂ ਹੋ ਜਾਣਗੇ ਆਪਾਂ ਨੂੰ। ਜਿੰਨਾ ਟਾਈਮ ਨਾ ਘਰੋਂ ਨਹੀਂ ਤੁਰਦੇ ਉਨਾ ਟਾਈਮ ਐਂ ਹੋ ਜਾਂਦਾ ਯਾਰ, ਪਤਾ ਨਹੀਂ ਕਿਵੇਂ ਜਾਣਾ, ਕੀ ਕਰਨਾ, ਕੀ ਬਣੂ, ਹੈ ਨਾ, ਅਤੇ ਕਿੱਥੇ ਰਹਿਣਾ ਕੁਛ ਨਹੀਂ ਪਤਾ। ਜਦੋਂ ਘਰੋਂ ਨਿਕਲ ਪੈਂਦੇ ਹੈਗੇ, ਮੁੜ ਕੇ ਮੋਟਰਸਾਈਕਲ 'ਤੇ ਬੈਠਣ ਦੀ ਦੇਰ ਆ, ਸਭ ਕੁਛ ਆਪਣੇ ਆਪ ਦਿਮਾਗ 'ਚ ਆ ਜਾਂਦਾ ਗਾ। ਜਿਵੇਂ ਪੇਪਰ ਤੋਂ ਪਹਿਲਾਂ ਨਹੀਂ ਹੁੰਦੀ, ਜਿਹੜੇ ਐਗਜ਼ਾਮ ਦੀ ਆਪਾਂ ਬਹੁਤ ਜ਼ਿਆਦਾ ਸਟ੍ਰੈਸ ਲੈ ਜਾਈਏ, ਅਤੇ ਉਹ ਪੇਪਰ ਤੋਂ ਪਹਿਲਾਂ ਐਂ ਜਿਹਾ ਹੁੰਦਾ ਯਾਰ, ਹੁੰਦਾ ਤਾਂ ਹੈ ਨਹੀਂ ਕੁਛ, ਕੀ ਲਿਖ ਕੇ ਆਊਂ, ਕੀ ਕਰੂੰ, ਪਰ ਜਦੋਂ ਪੇਪਰ 'ਚ ਪੈਂਦੇ ਆ, ਸਭ ਕੁਛ ਉੱਥੇ ਲਿਖਿਆ ਹੁੰਦਾ ਬੰਦਾ, ਜਿਹੜੇ ਨੇ ਪੜ੍ਹਿਆ ਹੁੰਦਾ। ਚਲੋ ਨਹੀਂ ਪੜ੍ਹਦਾ ਉਹ ਤਾਂ ਸਟੋਰੀਆਂ ਦੇਖ ਕੇ ਆਊਗਾ। ਅਤੇ ਖੈਰ ਹੁਣ ਇੱਥੋਂ ਚੱਲਦੇ ਆਪਣਾ, ਹਜੇ ਵਾਟ ਪਈ ਆ ਗਈ 2 ਘੰਟੇ ਦੀ, ਟਾਈਮ ਨਾਲ ਪਹੁੰਚ ਜਾਂਗੇ। ਇੱਕ ਤਾਂ ਮੇਰੇ ਮੋਟਰਸਾਈਕਲ ਦਾ ਟਾਈਮ ਪਤਾ ਨਹੀਂ ਕਿਉਂ ਆਟੋਮੈਟਿਕਲੀ ਰੀਸੈਟ ਹੋ ਜਾਂਦਾ, ਸਵੇਰ ਰਾਤ ਦੇ 10:30 ਦਿਖਾਈ ਜਾਂਦਾ। ਟਾਈਮ ਕਿੰਨਾ ਹੋ ਗਿਆ, ਮੈਪ ਵੀ ਬੰਦ ਕਰਤਾ ਸੀ ਮੈਂ, 2:09 ਵੀ ਤਕਰੀਬਨ ਆਪਣਾ ਐਸਟੀਮੇਟ ਹੈਗਾ ਵੀ 5 ਵਜੇ ਨੂੰ ਪਹੁੰਚ ਜਾਣਾ ਚਾਹੀਦਾ ਗਾ। ਇਹ ਰੂਟ ਤਾਂ ਹੈ ਵਧੀਆ, ਬਸ ਇਹ ਰੂਟ 'ਤੇ ਜਿਹੜੀ ਮੈਨੂੰ ਪਰਸਨਲੀ ਚੀਜ਼ ਸਤਾਉਂਦੀ ਆ, ਆਹ ਨੇ ਜਿਹੜੇ ਆਹ ਪੱਥਰ 'ਤੇ ਲੈਂਡ ਸਲਾਈਡ ਹੁੰਦੀ ਰਹਿੰਦੀ। ਆਹ ਵੀ ਹੁਣ ਕੋਈ ਤਾਜ਼ੀ ਹੋਈ ਵੀ ਆ, ਹਜੇ ਪਰਲਾ ਰੋਡ ਬੰਦ ਕੀਤਾ ਪੈ ਜਾਵਾਂ, ਉਰਲੇ ਰੋਡ 'ਤੇ ਆ, ਅਤੇ ਵਾਪਸ ਆਉਣ ਨੂੰ ਮੈਂ ਕਦੇ ਵੀ ਇਹ ਰੂਟ ਨੂੰ ਸੇਫ ਨਹੀਂ ਮੰਨਦਾ। ਜਾਣ ਵਾਸਤੇ ਹਜੇ ਫਿਰ ਵੀ ਠੀਕ ਆ ਇਹ, ਪਰ ਵਾਪਸੀ ਵੇਲੇ ਤਾਂ ਪਰਲੇ ਪਾਸੇ ਹੁੰਦੇ ਹੋ ਤੁਸੀਂ, ਜਮਾਂ ਹੀ ਸੇਫ ਨਹੀਂ ਆ। ਦੇਖੋ ਆਹ ਵੀ ਸਾਰਾ, ਪਰ ਇਹ ਤਾਂ ਜਾਲ ਲਾ ਕੇ ਹਟਿਆ, ਚਲੋ ਤਾਂ ਕਰਕੇ ਹੈਗਾ, ਪਰ ਮੈਂ ਵਾਪਸੀ ਟਾਈਮ ਇਹ ਰੂਟ ਨੂੰ ਬਹੁਤਾ ਸੇਫ ਨਹੀਂ ਮੰਨਦਾ, ਹੈ ਨਹੀਂ ਗਾ ਵਧੀਆ ਇਹ ਰੂਟ। ਅਤੇ ਉਹ ਥਾਂ ਥਾਂ ਲੱਗੇ ਪਿਆ, ਯੂਅਰ ਸਪੀਡ ਮੇਰੀ ਸਪੀਡ 10/2, ਮੈਨੂੰ ਤਾਂ ਮੰਨਦਾ ਹੀ ਨਹੀਂ ਹੈ ਕੁਛ। ਅਤੇ ਬਾਕੀ ਆਹ ਜਿਹੜੀਆਂ ਟਨਲਾਂ ਬਣ ਗਈਆਂ, ਹੈ ਨਾ, ਹੁਣ ਇਹਨਾਂ ਨੇ ਕੰਮ ਬਹੁਤ ਸੌਖਾ ਕਰਤਾ, ਬਹੁਤ ਵਾਟ ਕੱਟਤੀ ਬਾਈ ਮਨਾਲੀ ਦੀ। ਪਹਿਲਾਂ ਤਾਂ ਟ੍ਰੈਫਿਕ ਹੀ ਬਹੁਤ ਹੁੰਦੀ ਸੀ ਸਾਡੇ ਜ਼ਮਾਨੇ 'ਚ, ਐਂ ਲੱਗ ਰਿਹਾ ਕਿ ਮੀਂਹ ਆਪਦੀ ਕਰਾਮਾਤ ਦਿਖਾਊਗਾ। ਉਦੋਂ ਤਾਂ ਮੈਂ ਗੂਗਲ ਆਪਣਾ ਵੈਦਰ, ਯਾਹੂ ਵੈਦਰ ਅਤੇ ਸਾਰੇ ਜਿੰਨੇ ਵੀ 2-3 ਵੈਦਰ ਜੇ ਹੁੰਦੇ ਆ ਇਹ, ਉਹ ਸਾਰੇ ਚੈੱਕ ਕਰਕੇ ਤੁਰਿਆ ਸੀ ਵੀ ਹੈਗਾ ਮੀਂਹ ਜਾਂ ਨਹੀਂ। ਉਹ ਤਾਂ ਨਹੀਂ ਕਹਿੰਦੇ ਸੀ, ਪਰ ਸਾਹਮਣੇ ਦੇਖ ਰਿਹਾ ਮੈਨੂੰ ਕਿ ਮੀਂਹ ਆਪਦੀ ਕਰਾਮਾਤ ਦਿਖਾਊਗਾ। ਪਤਾ ਨਹੀਂ ਹੁਣ ਇਹ ਉਦਾਂ ਹੀ ਕੋਈ ਝੋਲ ਮੋਲ ਜਿਹਾ। ਰਿਵਾਲਸਰ ਤੋਂ ਬਸ ਆਪਾਂ 40 ਕਿਲੋਮੀਟਰ ਦੀ ਦੂਰੀ 'ਤੇ ਖੜ੍ਹੇ ਹਾਂ, 1.25 ਘੰਟੇ ਦਾ ਹੋਰ ਸਫ਼ਰ ਹੋਊ। ਅਤੇ ਇੱਥੇ ਆਹ ਲੱਗਿਆ ਬੋਰਡ ਦੇਖ ਗਿਆ, ਲੇਹ ਹੈਗਾ 570 ਅਤੇ ਮਨਾਲੀ ਹੈਗਾ 144 ਕਿਲੋਮੀਟਰ। ਅਤੇ ਫਿਲਹਾਲ ਇੱਥੇ ਫੋਟੋ ਕਰਾਉਂਦੇ ਹਾਂ ਅਤੇ ਰੀਲ ਬਣਾਉਂਦੇ ਹਾਂ ਮਾੜੀ ਮੋਟੀ, ਅਤੇ ਜੇ ਇੰਸਟਾਗ੍ਰਾਮ 'ਤੇ ਨਹੀਂ ਫੋਲੋ ਕੀਤਾ ਭਾਈ ਜਾ ਕੇ ਕਰ ਲਓ, ਅਤੇ ਤਾਂ ਕਿ ਆਪਣੇ ਵੀ 4 ਫੋਲੋਅਰ ਵੱਧ ਜਾਣ, ਦਿਖਾਉਂਦੇ ਹੋ ਜਾਂਦੇ ਹਾਂ, ਕਿਸੇ ਨੂੰ ਹੋਰ ਤਾਂ ਕੁਛ ਨਹੀਂ ਹੁੰਦਾ, ਜੇ ਕੋਈ ਦੇਖਦਾ ਤਾਂ ਪ੍ਰਭਾਵ ਵੱਖਰਾ। ਚੰਗਾ ਬਈ ਲੈ ਮਿਲਾਂਗੇ ਤੈਨੂੰ ਖਾਸੇ ਦਿਨਾਂ ਬਾਅਦ, ਮਨਾਲੀ ਨੂੰ ਤਾਂ ਆਪਾਂ ਕੱਲ੍ਹ ਨੂੰ ਲੰਘ ਜਾਂਗੇ, ਅਤੇ ਲੇਹ ਹਜੇ ਉੱਦਾਂ 570 ਆ, ਪਰ ਆਪਾਂ ਨੂੰ ਤਾਂ ਪਤਾ ਹੀ ਨਹੀਂ ਕਿੰਨਾ ਕੁ ਪਿਆ ਹੈਗਾ। ਅਤੇ ਹੁਣ ਇੱਥੋਂ ਚੱਲਦੇ ਹਾਂ, ਪਹਿਲਾਂ ਕੋਈ ਰਾਈਡਰ ਨਹੀਂ ਸੀ ਦਿਖਿਆ, ਹੁਣ ਗੱਡੀਆਂ ਮੋਟਰਸਾਈਕਲ ਹੁਣ ਦਿਖਣ ਲੱਗਿਆ ਬਾਹਰਲੇ ਨੰਬਰ 'ਤੇ। ਪਤਾ ਨਹੀਂ ਤਾਂ ਵਿਆਹ ਟਾਈਮ ਕਰੋਸਿੰਗ ਕਰੂਸਿੰਗ ਉੱਧਰ ਆਉਂਦੇ ਬਹੁਤ ਟੱਕਰ ਰਹੇ ਆ, ਜਾਂਦੇ ਹਜੇ ਘੱਟ ਜਾ ਰਹੇ ਇੱਧਰ, ਅਤੇ ਆਫ ਸੀਜ਼ਨ ਹੋ ਚੱਲਿਆ, ਬਸ ਸੀਜ਼ਨ ਦੇ ਥੋੜ੍ਹੇ ਕੁ ਦਿਨ ਬਚੇ ਆ, ਹੈ ਨਾ, ਉਹਦੇ ਕਰਕੇ ਫਰਕ ਪੈਂਦਾ। ਅਤੇ ਬਾਕੀ ਹੁਣ ਮੌਸਮ ਦਾ ਇੱਥੇ ਥੋੜ੍ਹਾ ਜਿਹਾ ਫਰਕ ਆ ਪੰਜਾਬ ਨਾਲੋਂ, ਔਰ ਜਿੱਥੋਂ ਮੈਂ ਆਇਆ ਅੱਜ, ਸਾਡੇ ਤਾਂ ਜਿਹੜੀ ਗਰਮੀ ਸੀ ਕੁਛ ਹੋਰ ਹੀ ਸੀ। ਹਿਮਾਲਿਆਂ ਕਾਫ਼ੀ ਦੇਖ ਰਿਹਾ ਨਵਾਂ 450 ਖਾਸਾ ਫਿਰ ਰਿਹਾ ਹੈਗਾ, ਟੱਕਰ ਕੇ ਇੱਕਦਮ ਜੇ, ਇਹ ਤੋਂ ਪਹਿਲਾਂ ਸਾਰੇ ਬਾਈ ਹਾਰਲੇ 'ਤੇ ਲੰਘੇ ਹੈਗੇ, ਗੱਲਬਾਤ ਘੈਂਟ ਆ। ਆਪਾਂ ਆਪਦੇ ਅੜੀ 'ਤੇ ਇਹਦਾ ਨਾਂ ਰੱਖਣਾ ਬਾਈ ਅੱਜ,
ਦੱਸ ਦਿਓ ਜੰਗੋ ਹੁਣ ਇਹਦਾ ਨਾਂ ਕੀ ਰੱਖਿਆ ਜਾਵੇ। ਅਤੇ ਮੈਂ ਤਾਂ ਦੱਸਤਾ ਸੀਗਾ ਵੀ ਮੈਂ ਤਾਂ ਸਰਕਾਰ ਰੱਖੂ ਨਹੀਂ, ਇਹਦਾ ਨਾਂ ਵੀ ਸਰਕਾਰ ਨੂੰ ਬਹਿ ਕੇ ਚਲਾਉਂਦੇ ਹਾਂ ਆਫਟਰ ਆਲ ਆਪਾਂ ਵੀ, ਠੀਕ ਹੈ ਜੀ। ਅਤੇ ਇਹ ਸ਼ੀਸ਼ਾ ਗਲਤ ਪਾਸੇ ਆ, ਡਾਇਰੈਕਸ਼ਨ ਸਹੀ ਕਰਨ ਵਾਲੀ ਆ। ਚਲੋ ਲੱਗਦਾ ਹੈਗਾ ਮੈਨੂੰ ਮੈਂ 5 ਕੁ ਵਜੇ ਤੱਕ ਆਰਾਮ ਨਾਲ ਪਹੁੰਚ ਜੂੰਗਾ। ਹਾਂ 4:30 ਹੋ ਜਾ, 1.5 ਘੰਟਾ ਅੱਗੇ ਲੱਗਣਾ, ਅਤੇ 5 ਕੁ ਵਜੇ ਤੱਕ ਆਰਾਮ ਨਾਲ ਪਹੁੰਚ ਜਾਂਗੇ ਉੱਥੇ। ਆਹ ਮੈਂ ਛੋਟਾ ਹੁੰਦਾ ਇਹੋ ਜਿਹਾ ਹੁੰਦਾ ਸੀਗਾ, ਅਤੇ ਉਦੋਂ ਕੇਸ ਬੰਨੇ ਨਹੀਂ ਸੀ ਹੋਏ ਜੇ। ਸਵੇਰ ਦੀ ਫੋਟੋ ਆ ਗਈ ਇਹ ਭੂਆ ਜੀ ਕੇ ਕੋਠੇ ਉੱਤੇ, ਅਤੇ ਆਹ ਮੈਂ ਹੈਗਾ ਵੱਡੇ ਦੇ ਮੂੰਹ 'ਤੇ ਹੋਟਸਪੋਟ ਆ ਗਿਆ, ਠੀਕ ਹੈ ਜੀ। ਚਲੋ ਮੈਂ ਕਰਦਾ ਮਾੜਾ ਜਿਹਾ। ਮੇਨ ਹਾਈਵੇ ਤੋਂ ਆਪਾਂ ਥੱਲੇ ਉਤਰੇ, ਉਹ ਉੱਧਰ ਰਹਿ ਗਿਆ ਨੈਸ਼ਨਲ ਹਾਈਵੇ ਜਿਹੜਾ ਮੇਨ ਆ ਮਨਾਲੀ ਵਾਲਾ ਜਾਂਦਾ। ਆਪਾਂ ਇੱਕ ਕਰੀਏ ਥੱਲੇ ਆ ਗਏ, ਸੁੰਦਰ ਨਗਰ ਤੋਂ ਮੁੜਨਾ ਸੀ ਉੱਦਾਂ ਤਾਂ, ਪਰ ਸੁੰਦਰ ਨਗਰ ਤੋਂ ਜਿਹੜੀ ਸੜਕ ਜਾਂਦੀ ਆ ਉਹ 'ਤੇ ਭਾਰੀ ਕੰਸਟਰਕਸ਼ਨ ਚੱਲਣ ਕਰਕੇ ਬੰਦ ਸੀ ਉਹ, ਅਤੇ ਫਿਰ ਆਹ ਕਰਕੇ ਥੋੜ੍ਹਾ ਜਿਹਾ ਅੱਗੇ ਦੀ 3 ਕਿਲੋਮੀਟਰ ਦਾ ਗੇਟ ਪਾ ਕੇ ਆਉਣਾ ਪੈ ਗਿਆ। ਹੁਣ ਇੱਕ ਵਾਰੀ ਥੱਲੇ ਆ, ਇੱਥੋਂ ਹਜੇ ਵੀ ਆਪਣੀ ਵਾਟ 51 ਮਿੰਟ ਦੀ ਆ, ਟਾਈਮ ਉਹੀ 5 ਵਜੇ ਆਉਣੇ ਆ। ਚਲੋ ਪਿੱਛੇ ਤਾਂ ਸੀਗੀ ਜਿਹੜੀ ਹੈ ਨਾ ਛੋਟੀ ਰੋਡ ਆਏ ਸੀ ਆਪਾਂ, ਪਰ ਆਹ ਰੋਡ ਵਧੀਆ ਬਣੀ ਹੋਈ ਆ ਮੇਰੇ ਖਿਆਲ ਨਾਲ। ਇਹ ਉਨੇ ਵਾਲੇ ਪਾਸਿਓ ਆਉਂਦੀ ਹੈਗੀ ਅਤੇ ਰਵਾਲਸਰ ਨੂੰ ਆ ਕੇ ਸਿੱਧੀ ਨਿਕਲ ਜਾਂਦੀ ਆ ਇਹ, ਅਤੇ ਇਹ ਤਾਂ ਖੈਰ ਵਧੀਆ ਨਵੀਂ ਬਣੀ ਸੀ ਰੋਡ ਆ ਜਿਹੜੀ ਬਾਈ ਨੇ ਦੱਸੀ ਸੀ। ਨਾ ਹੋਵੇ ਨਾ 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 ਨਾ, ਪੈਚ ਬਣੇ ਹੋਏ ਆ ਜਾਂ ਤਾਂ ਟੁੱਟ ਕੇ, ਫੇਰ ਨਹੀਂ ਪਾਈ ਇੱਥੇ ਲੁੱਕ ਬਾਈ। ਹੁਣੀ ਤਾਰੀਫਾਂ ਹੀ ਕੀਤੀਆਂ ਸੀ ਅਜੇ, ਅਤੇ ਪਿੱਛੇ ਪਰ ਵਧੀਆ ਆਇਆ ਸੀ ਪੈਚ, ਅੱਗੇ ਵੀ ਹੈਗਾ ਮਾੜੀ ਮੋਟੀ ਰਹਿੰਦੀ ਹੈਗੀ। ਹਾਂ ਬਾਕੀ ਤਾਂ ਠੀਕ ਆ, 2 ਕਿਲੋਮੀਟਰ ਦਾ ਪੈਚ ਸੀ ਜਿਹੜਾ ਖਰਾਬ ਸੀ, ਅਤੇ ਫਿਰ ਥੋੜ੍ਹੇ ਟਾਈਮ ਬਾਅਦ ਪੱਕਾ ਪੈਚ ਆ ਜਾਂਦਾ, ਫਿਰ ਇਹੀ ਕੱਚਾ ਪੈਚ ਆ ਜੀ। ਰਹਿਤਾ ਆਪਾਂ ਨੂੰ 3 ਕਿਲੋਮੀਟਰ ਹੀ ਗਿਆ ਰਵਾਲਸਰ, ਅਤੇ ਹੁਣ ਇੱਕ ਵਾਰੀ ਫਿਰ ਪੱਕਾ ਪੈਚ ਆਇਆ, ਫਿਰ ਕੱਚਾ ਪੈਚ ਆਊ। ਪੱਕਾ ਘਾਟਾ ਪਰ ਕੱਚਾ ਵੱਧਾ, ਪਰ ਇੰਨਾ ਤੰਗ ਨਹੀਂ ਕਰ ਰਿਹਾ ਕਿਉਂਕਿ ਟ੍ਰੈਫਿਕ ਹੈ ਨਹੀਂ। ਜੇ ਟ੍ਰੈਫਿਕ ਹੋਵੇ ਰੇਤਾ ਉੱਡੇ ਫਿਰ ਤੰਗ ਕਰੇ, ਅਤੇ ਸੜਕੇ ਸਾਰੀ ਵੱਡੀ ਬਣ ਰਹੀ ਆ ਜਿੱਥੇ ਨਹੀਂ ਵੀ ਹੈਗਾ। ਸੜਕ ਵੱਢ ਕੇ, ਦਰੱਖਤਾਂ ਨੂੰ ਵੱਢ ਕੇ ਸੜਕ ਬਣਾਉਣ ਦਾ ਕੰਮ ਚੱਲ ਰਿਹਾ, ਯਾਨੀ ਕਿ ਡਿਵੈਲਪਮੈਂਟ ਕੀਤੀ ਜਾ ਰਹੀ ਹੈਗੀ ਦਰੱਖਤਾਂ ਦੇ ਵੱਢਣ ਤੋਂ ਬਾਅਦ। ਪੂਰੇ 295 ਕਿਲੋਮੀਟਰ ਚੱਲਣ ਤੋਂ ਬਾਅਦ ਆਖਿਰਕਾਰ ਆਪਾਂ ਰਵਾਲਸਰ ਗੁਰਦੁਆਰਾ ਸਾਹਿਬ ਪਹੁੰਚ ਗਏ। ਔਰ ਆਹਦਾ ਸਫ਼ਰ ਠੀਕ ਸੀ, ਕਿਤੇ ਕਿਤੇ ਸੜਕ ਟੁੱਟੀ ਹੋਈ ਸੀ, ਕਿਤੇ ਕਿਤੇ ਵਧੀਆ ਸੀ, ਪੱਕੀ ਸੀ ਸੜਕ। ਅਤੇ ਫਿਲਹਾਲ ਆਪਾਂ ਗੁਰਦੁਆਰਾ ਸਾਹਿਬ ਦੇ ਬਾਹਰ ਖੜ੍ਹੇ ਹਾਂ, ਅਤੇ ਇਹ ਤੋਂ ਪਹਿਲਾਂ ਜਾ ਕੇ ਸਭ ਤੋਂ ਪਹਿਲਾਂ ਜਾ ਕੇ ਆਪਾਂ ਕਵਰੇ ਦਾ ਪੁੱਛਾਂਗੇ, ਕਿਉਂਕਿ ਮੱਥਾ ਫੇਰੀ ਟੇਕਾਂਗੇ ਪਹਿਲਾਂ ਇਸ਼ਨਾਨ ਪਾਣੀ ਕਰਕੇ। ਰੇਤਾ ਰੂਤਾ ਕਾਫੀ ਪੈ ਗਿਆ, ਛੋਟਾ ਜਿਹਾ ਪੈਚ ਸੀਗਾ, ਗੰਦਾ ਸੀ ਕਾਫੀ, ਉਹਦੇ ਕਰਕੇ ਰੇਤਾ ਕਾਫੀ ਪੈ ਗਿਆ, ਪੱਗ ਵੀ ਚਿੱਟੀ ਹੋ ਗਈ। ਅਤੇ ਥੋੜ੍ਹਾ ਜਿਹਾ ਸਾਫ ਜਾ ਕੇ ਇਸ਼ਨਾਨ ਪਾਣੀ ਕਰਦੇ ਹਾਂ, ਕੱਪੜੇ ਧੋਣ ਵਾਲੇ ਹੋ ਗਏ ਇਹ ਭਿਆਵਾਂਗੇ, ਕਿਉਂਕਿ ਨਾਲ ਦੀ ਨਾਲ ਕੱਪੜੇ ਧੋਵਾਂ ਇਕੱਠੇ ਨਹੀਂ ਕਰਾਂਗੇ, ਅੱਗੇ ਠੰਡ ਬਹੁਤ ਮਿਲੂਗੀ। ਅਤੇ ਦੇਖਦੇ ਹਾਂ ਕੀ ਪ੍ਰਬੰਧ ਰਹਿਣ ਦਾ ਹੈ ਨਾ, ਅਤੇ ਬਾਅਦ 'ਚ ਤੁਹਾਨੂੰ ਵੀ ਦੱਸਦੇ ਹਾਂ ਕਿਵੇਂ ਦਾ ਪ੍ਰਬੰਧ ਹੈਗਾ ਇੱਥੇ ਰਹਿਣ ਦਾ। ਆਪਾਂ ਨੂੰ ਮਿਲ ਗਿਆ, ਅਤੇ ਕਮਰਾ 'ਚ ਥੱਲੇ ਗੱਦੇ ਲੱਗੇ ਹੋਏ ਹੈਗੇ,
ਦੋ ਕੁ ਬੰਦਿਆਂ ਵਾਲਾ ਕਮਰਾ ਸੀ, ਸੋ ਮੈਂ ਇਕੱਲਾ ਸੀ, ਉਹਨਾਂ ਨੇ ਛੋਟਾ ਕਮਰਾ ਦਿੱਤਾ, ਪਰ ਛੋਟਾ ਕਮਰਾ ਮਿਲਿਆ ਤਾਂ ਸਹੀ, ਪਰ ਜਿਸ ਜਗ੍ਹਾ 'ਤੇ ਮਿਲਿਆ ਨਾ, ਕਿਆ ਹੀ ਕਹਿਣੇ। ਤੁਹਾਨੂੰ ਮਾੜਾ ਜਿਹਾ ਮੈਂ ਇੱਥੋਂ ਵਿਊ ਦਿਖਾ ਦਾਂ। ਓਏ ਹੋਏ, ਇਹ ਨਾ ਵਿਊ ਕੈਮਰਾ ਚੱਕ ਨਹੀਂ ਰਿਹਾ, ਮੈਂ ਫੋਨ 'ਚ ਦਿਖਾਉਂਦਾ ਤੁਹਾਨੂੰ ਇਹ ਵਾਲਾ ਸ਼ੋਟ, ਕੈਮਰਾ ਉਹਨਾਂ ਵਧੀਆ ਚੱਕ ਨਹੀਂ ਰਿਹਾ ਕਿਉਂਕਿ ਹੁਣ ਲੋਅ ਲਾਈਟ ਹੋ ਗਈ, ਉਧਰੋਂ ਧੁੱਪ ਜੀ ਪੈ ਰਹੀ ਹੈ, ਸੋ ਫੋਕਸ ਨਹੀਂ ਬਣਾ ਰਿਹਾ ਕੈਮਰਾ ਉਹਨਾਂ, ਪਰ ਜੋ ਇੱਥੋਂ ਵਿਊ ਆ ਰਿਹਾ ਨਾ, ਕਿਆ ਹੀ ਕਹਿੰਦੇ। ਮੈਂ ਫੋਨ ਕਰਦਾ, ਇਹ ਆਪਣੇ ਕਮਰੇ ਤੋਂ ਬਾਹਰ ਦਾ ਵਿਊ, ਕਿਆ ਹੀ ਕਹਿੰਦੇ। ਸਾਹਮਣੇ ਲੇਕ ਆ ਗਈ ਇਹ ਰਵਾਲਸਰ ਦੀ, ਚਾਰੇ ਪਾਸੇ ਇਹਦੇ ਮਤਲਬ ਇੱਦਾਂ ਤੁਸੀਂ ਪਰਿਕਰਮਾ ਜਾਂ ਘੁੰਮ, ਚਾਰੇ ਪਾਸੇ ਤੁਸੀਂ ਇਹਦੇ ਘੁੰਮ ਸਕਦੇ ਹੋ, ਯਾਨੀ ਕਿ ਪਰਿਕਰਮਾ ਕਰ ਸਕਦੇ ਹੋ, ਜਾ ਸਕਦੇ ਹੋਗੇ, ਹੈ ਨਾ। ਚਾਰੇ ਪਾਸੇ ਐਂ ਜਾਲੀ ਲੱਗੀ ਹੋਈ, ਜਿੱਥੋਂ ਵੀ ਤੁਹਾਨੂੰ ਰਾਹ ਮਿਲਦਾ ਬੈਠਣ ਨੂੰ ਉੱਥੋਂ ਹੀ ਤੁਸੀਂ ਬਹਿ ਜਾਓ। ਅਤੇ ਉਹ ਉੱਧਰ ਪਦਮਾ ਸਾਂਬਾ ਜੀ ਦੀ ਮੂਰਤ ਲੱਗੀ ਹੋਈ ਹੈਗੀ। ਅਰੁਣਾਚਲ ਵਾਲੇ ਪਾਸੇ ਜਦੋਂ ਆਪਾਂ ਗਏ ਸੀ ਤਾਂ ਅਰੁਣਾਚਲ ਵਾਲੇ ਪਾਸੇ ਆਪਾਂ ਤੁਹਾਨੂੰ ਇੱਕ ਵੱਖਰੇ ਇਤਿਹਾਸ ਨਾਲ ਜਾਣੂ ਕਰਾ ਰਿਹਾ ਸੀ ਕਿ ਬੋਧੀ ਵੀ ਗੁਰੂ ਨਾਨਕ ਦੇਵ ਜੀ ਨੂੰ ਪੂਜਦੇ ਨੇ, ਉਹਨਾਂ ਨੂੰ ਮੰਨਦੇ ਨੇ, ਗੁਰੂ ਰਿੰਪੋਚੇ ਦੇ ਰੂਪ ਦੇ ਵਿੱਚ ਮੰਨਦੇ ਨੇ, ਅਤੇ ਪਦਮਾ ਸਾਂਬਾ ਵੀ ਉਹਨਾਂ ਦਾ ਹੀ ਇੱਕ ਅਵਤਾਰ ਹੈ। ਵਧੀਆ ਸ਼ਹਿਰ ਹੈ ਯਾਰ, ਇੱਕ ਆਵਾਜ਼ ਆ ਰਹੀ ਹੈ ਜਿਹੜੀ ਆ ਰਹੀ ਹੈ, ਬਾਕੀ ਸਭ ਜਗ੍ਹਾ ਸ਼ਾਂਤੀ ਪਈ ਹੈ, ਚੁੱਪ ਪਈ ਹੈਗੀ। ਹੁਣ ਸ਼ਾਇਦ ਤੁਹਾਨੂੰ ਨਾ ਦਿਖਾਇਆ ਜਾਵੇ, ਹੁਣ ਮੇਰੇ ਦੇਖਣ ਦਾ ਟਾਈਮ ਆ, ਪਰ ਸਵੇਰੇ ਤੁਹਾਨੂੰ ਮੈਂ ਇਸ ਸ਼ਹਿਰ ਦੀ ਸਾਰੀ ਗੱਲਬਾਤ ਅਤੇ ਨਾਲ ਹੀ ਗੁਰਦੁਆਰਾ ਸਾਹਿਬ ਦਾ ਇਤਿਹਾਸ ਦੱਸਾਂਗੇ। ਅਤੇ ਕਿਉਂਕਿ ਹੁਣ ਹਨੇਰਾ ਹੋ ਜਾਣਾ ਗਾ, ਹਨੇਰੇ ਦੇ ਵਿੱਚ ਜੇ ਮੈਂ ਦਿਖਾਊਂਗਾ ਨਾ ਕੋਈ ਸਵਾਦ ਨਹੀਂ ਰਹਿਣਾ, ਪਰ ਕੱਲ੍ਹ ਦੀ ਵੀਡੀਓ ਮਿਸ ਨਾ ਕਰਿਓ। ਮੈਂ ਕਹਿ ਰਿਹਾ ਗਾ, ਮੈਨੂੰ ਇੰਨਾ ਨਹੀਂ ਸੀ ਵੀ ਇੱਦਾਂ ਦਾ ਸ਼ਹਿਰ ਹੈ ਇੱਥੇ, ਹੈ ਨਾ। ਇਹੀ ਬਸ ਸ਼ਹਿਰ ਹੈਗਾ ਜਿੰਨਾ ਕੁ ਸ਼ਹਿਰ ਵਸਿਆ ਹੋਇਆ। ਇੱਧਰ ਗੁਰਦੁਆਰਾ ਸਾਹਿਬ ਆ, ਗੁਰਦੁਆਰਾ ਸਾਹਿਬ ਦਾ ਤੁਹਾਨੂੰ ਦਰਸ਼ਨ ਤਾਂ ਥੋੜ੍ਹਾ ਜਿਹਾ ਕਰਵਾਤਾ, ਸੰਖੇਪ ਇਤਿਹਾਸ ਹੈ ਸਵੇਰੇ, ਕਿਉਂਕਿ ਅੱਜ ਦੀ ਵੀਡੀਓ ਨਹੀਂ ਫਿਰ ਬਹੁਤ ਜ਼ਿਆਦਾ ਲੰਬੀ ਹੋ ਜੂਗੀ। ਢੂਹੀ ਸਿੱਧੀ ਕਰਨ ਨੂੰ ਪਿਆ ਸੀ ਅਤੇ ਇੰਨੀ 'ਚ ਅੱਖ ਲੱਗ ਗਈ, ਜਦੋਂ ਉੱਠਿਆ ਤਾਂ ਘੰਟਾ ਲੰਘ ਗਿਆ ਅਤੇ ਪੂਰਾ ਹਨੇਰਾ ਹੋ ਗਿਆ। ਫਿਲਹਾਲ ਆਪਾਂ ਥੱਲੇ ਚੱਲਦੇ ਹਾਂਗੇ, ਉਹ ਥੱਲੇ ਚੱਲ ਕੇ ਜਿੰਨਾ ਕੁ ਮਾਹੌਲ ਆ ਹੁਣ ਤੁਹਾਨੂੰ ਉਹਨਾਂ ਕੁ ਦਿਖਾਉਂਦਾ, ਕਿਉਂਕਿ ਆਹ ਮਾਹੌਲ ਕੱਲ੍ਹ ਨੂੰ ਆਪਾਂ ਨੂੰ ਦੇਖਿਆ ਨਹੀਂ ਜਾਂਦਾ, ਅਤੇ ਸ਼ਾਮ ਦਾ ਮਾਹੌਲ ਰਵਾਲਸਰ ਦੇ ਵਿੱਚ ਬਾ ਕਮਾਲ ਦੇਖਣ ਵਾਲਾ, ਸੁਣਿਆ ਮੈਂ, ਆਪਾਂ ਦੇਖਣ ਚੱਲਦੇ ਹਾਂਗੇ। ਰਹਿਰਾਜ ਸਾਹਿਬ ਦਾ ਸਮਾਂ ਸੀ, ਹੈ ਨਾ। ਰਹਿਰਾਜ ਸਾਹਿਬ ਤੋਂ ਬਾਅਦ ਹੁਣ ਮੈਂ ਆਇਆ ਗਾ ਥੱਲੇ, ਅਤੇ ਕਾਫੀ ਹਨੇਰਾ ਹੋ ਗਿਆ ਉਦੋਂ ਤਾਂ, ਅਤੇ ਕੋਈ ਕੋਈ ਲਾਈਟ ਚੱਲ ਰਹੀ ਹੈਗੀ, ਲਾਈਟਾਂ ਤਾਂ ਐਂ ਲੱਗੀਆਂ ਹੋਈਆਂ ਨੇ ਪਰ ਉਨੀਆਂ ਜ਼ਿਆਦਾ ਕਲੀਅਰ ਨਹੀਂ ਹੈਗੀਆਂ ਕਿ ਮੇਰਾ ਰੰਗ ਸਾਫ਼ ਦਿਖਾ ਸਕਣ। ਸੋ ਇਹ ਸਾਂਭਦਾ, ਮੈਂ ਜਗ੍ਹਾ ਲੱਭਦਾਂਗਾ, ਹੁਣ ਇਹਦੇ ਆਪਾਂ ਅੰਦਰ ਚੱਲਦੇ ਹਾਂਗੇ, ਕਿਤੇ ਬੈਠਣ ਨੂੰ ਥਾਂ ਲੱਭਦੇ ਹਾਂ। ਅਤੇ ਉੱਥੋਂ ਇਹ ਸਾਰੇ ਜਿਹੜੇ ਮਨਿਸਟਰੀਆਂ ਦਾ ਜਾਂ ਫਿਰ ਇਸ ਰਵਾਲਸਰ ਦਾ ਰਾਤ ਦਾ ਨਜ਼ਾਰਾ ਦੇਖਦੇ ਹਾਂਗੇ। ਚਲੋ ਇੱਧਰ ਆਹੀ ਆ ਥਾਂ, ਇਹਦੇ ਅੰਦਰ ਚੱਲਦੇ ਹਾਂ। ਵਾਹਿਗੁਰੂ ਅਕਾਲ ਪੁਰਖ, ਨਹੀਂ ਇਹਦੇ ਮੂਹਰੇ ਦਰਖਤ ਆ ਯਾਰ, ਇੱਥੋਂ ਉੱਦਾਂ ਵਿਊ ਨਹੀਂ ਵਧੀਆ ਆ ਰਿਹਾ, ਪਰ ਜੇ ਥੱਲੇ ਚੱਲਦੇ ਥੱਲੇ ਵਧੀਆ ਹੋਊਗਾ। ਅਤੇ ਇਹ ਸ਼ਾਮ ਦਾ ਜਿਹੜਾ ਵਿਊ ਹੈ ਜਿਹਦੀ ਮੈਂ ਗੱਲ ਕਰਦਾ ਸੀ, ਖੈਰ ਕੈਮਰੇ ਨਾਲ ਤਾਂ ਉਹਨਾਂ ਸਾਫ਼ ਨਹੀਂ ਨੀਂਦਾ, ਜੇ 15 ਵਗੈਰਾ ਜਾਂ ਫਿਰ ਸੈਮਸੰਗ ਦੇ ਵੱਡੇ ਫੋਨ ਜਿਵੇਂ S23 ਅਲਟਰਾ ਵਰਗੇ ਹੋਣ, ਉਹ ਤਾਂ ਦਿਨ ਚਾੜ ਦਿੰਦੇ ਆ ਰਾਤ ਨੂੰ ਵੀ ਹਨੇਰਾ, ਪਰ ਇਹ ਫਿਰ ਵੀ ਡਾਰਕਨੈਸ ਹੋਰ ਹੈਗੀ ਜਿਹਦੇ 'ਚ ਦਿਖਣਾ ਨਹੀਂ ਕੁਛ। ਅਤੇ ਉਹ ਉੱਧਰ ਨਾ ਇੱਕ ਮੂਰਤ ਲੱਗੀ ਹੋਈ ਆ ਵੱਡੀ ਪਦਮਾ ਸਾਂਬਾ ਜੀ ਦੀ, ਜਿਹੜੀ ਮੈਂ ਤੁਹਾਨੂੰ ਦਿਖਾਈ ਸੀ ਪਹਿਲਾਂ, ਅਤੇ ਉਹਦੇ 'ਤੇ ਲਾਈਟ ਪੈ ਰਹੀ ਹੈਗੀ, ਆਹ ਦੇਖੋ ਨੰਗੀਆਂ ਅੱਖਾਂ ਨਾਲ ਤਾਂ ਬਹੁਤ ਸੋਹਣੀ ਲੱਗ ਰਹੀ ਹੈਗੀ ਰਾਤ ਦਾ। ਖੈਰ ਇਹ ਮੈਨੂੰ ਵੀ ਬਹੁਤ ਵਧੀਆ ਲੱਗ ਰਿਹਾ, ਜੇ ਮੈਂ ਇੱਥੇ ਬੈਠਣਾ ਬਹੁਤ ਸ਼ਾਂਤੀ ਆ, ਇਕੱਲਾ ਮੈਂ ਹੀ ਬੋਲ ਰਿਹਾ ਇੱਥੇ। ਅਤੇ ਇਹ ਸਾਹਮਣੇ ਮੰਦਰ ਆ ਗਿਆ, ਮੰਦਰ ਆ, ਅਤੇ ਇੱਧਰਲੇ ਪਿਛਲੇ ਪਾਸੇ ਮੇਰੇ ਗੁਰਦੁਆਰਾ ਸਾਹਿਬ ਦੀ ਇਮਾਰਤ ਆ, ਜਿਹੜੀਆਂ ਹੋਰ ਲਾਈਟਾਂ ਚੱਲ ਰਹੀਆਂ ਉਹ ਗੁਰਦੁਆਰਾ ਸਾਹਿਬ ਆ, ਅਤੇ ਇੱਧਰ ਇਹ ਬੋਧੀਆਂ ਦੀ ਮਿਨਿਸਟਰੀ ਆ ਗਈ। ਇਹ ਸਾਰਾ ਸ਼ਹਿਰ ਬਣਿਆ ਹੋਇਆ, ਕੱਲ੍ਹ ਨੂੰ ਹੁਣ ਤੁਹਾਨੂੰ ਇਹ ਸ਼ਹਿਰ ਦਿਖਾਉਣਾ ਗਾ,
ਅਤੇ ਬਹੁਤ ਸੋਹਣੀ ਜਗ੍ਹਾ ਹੈਗੀ, ਮਤਲਬ ਇੱਕ ਅਲੱਗ ਹੀ ਦੁਨੀਆ ਵੱਸਦੀ ਹੈ ਇੱਥੇ, ਅਲੱਗ ਹੀ ਇਹਦੀ ਵਾਈਬ ਆ, ਸਾਰਾ ਕੁਛ ਅਲੱਗ ਹੈਗਾ। ਅਤੇ ਜੇ ਆਪਾਂ ਅੱਜ ਘੰਟਾ ਕੁ ਪਹਿਲਾਂ ਵੀ ਆਏ ਹੁੰਦੇ ਨਾ, ਫਿਰ ਇਹ ਅੱਜ ਹੀ ਦੇਖ ਲੈਂਦੇ ਆਪਾਂ ਨਾਲ ਦੀ ਨਾਲ ਹੀ ਇਸੇ ਵੀਡੀਓ ਦੇ ਵਿੱਚ ਕੰਟੀਨਿਊ ਕਰ ਲੈਂਦੇ। ਪਰ ਜੇ ਹੁਣ ਮੈਂ ਤੁਹਾਨੂੰ ਚੀਜ਼ ਦਿਖਾਵਾਂ ਵੀ ਅਤੇ ਤੁਹਾਨੂੰ ਉਹ ਉੱਦਾਂ ਦਾ ਜਿਹੜੀ ਫੀਲ ਵੀ ਨਾ ਆਵੇ ਅਤੇ ਉੱਦਾਂ ਦਾ ਵਿਊ ਨਾ ਮਿਲੇ, ਹੈ ਨਾ, ਅਤੇ ਉਹਦਾ ਕੋਈ ਫਾਇਦਾ ਨਹੀਂ ਹੈ। ਇਹਦੇ ਨਾਲ ਚੰਗਾ ਕਿ ਆਪਾਂ ਇੱਕ ਵੀਡੀਓ ਹੋਰ ਬਣਾ ਲਈਏ ਇੱਥੇ, ਵਧੀਆ ਵੀਡੀਓ ਬਣਾਈਏ ਅਤੇ ਜਿਹਨੂੰ ਤੁਸੀਂ ਵੀ ਇੰਜੋਏ ਕਰੋ ਅਤੇ ਮੈਂ ਵੀ ਵਧੀਆ ਵੀਡੀਓ ਬਣਾ ਕੇ ਮੈਨੂੰ ਵੀ ਸੈਟਿਸਫੈਕਸ਼ਨ ਨਹੀਂ ਮਿਲੇ ਕਿ ਹਾਂ ਕੋਈ ਵੀਡੀਓ ਬਣਾਈ ਆ, ਕੁਛ ਵਧੀਆ ਕ੍ਰੀਏਟੀਵਿਟੀ ਕੋਈ ਵਧੀਆ ਕ੍ਰੀਏਟੀਵਿਟੀ ਕੀਤੀ ਹੈ ਕਿ ਕੋਈ ਵਧੀਆ ਜਗ੍ਹਾ ਐਕਸਪਲੋਰ ਕੀਤੀ ਹੈਗੀ। ਠੀਕ ਹੈ, ਅਤੇ ਹੁਣ ਮੈਂ ਬਸ ਇੱਥੇ ਬੈਠ ਦਾਂਗਾ ਅਤੇ ਇੰਜੋਏ ਕਰਦਾ। ਜੇ ਕੋਈ ਸ਼ੌਟ ਹੋਇਆ ਤਾਂ ਇਹ ਤੋਂ ਬਾਅਦ ਮੇਰੀ ਮਿਊਜ਼ਿਕ ਤੁਸੀਂ ਸੁਣੇਗਿਓ, ਅਤੇ ਨਹੀਂ ਫਿਰ ਮੈਂ ਬਸ ਇੱਥੇ ਬੈਠਾਂਗਾ ਅਤੇ ਇਸ ਪੀਸ ਨੂੰ ਇੰਜੋਏ ਕਰ ਰਿਹਾਂਗਾ ਠੀਕ ਹੈ ਜੀ। ਮਿਲਾਂਗੇ ਹੁਣ ਆਪਾਂ ਕੱਲ੍ਹ ਨਵੀਂ ਵੀਡੀਓ ਨਾਲ। ਵੀਡੀਓ ਵਧੀਆ ਲੱਗੀ ਹੋਵੇ ਸਬਸਕ੍ਰਾਈਬ ਕਰ ਦਿਓ ਚੈਨਲ, ਅਤੇ ਵੀਡੀਓ ਨੂੰ ਸ਼ੇਅਰ ਤਾਂ ਜ਼ਰੂਰ ਕਰ ਦਿਓ। ਪਹਿਲੀ ਵੀਡੀਓ ਆਪਣੇ ਸਫ਼ਰ ਦੀ ਸੀ ਲੱਦਾਖ ਟੂਰ ਦੀ, ਅਤੇ ਅੱਜ ਆਪਾਂ ਰਵਾਲਸਰ ਰੁਕੇ ਹਾਂ, ਕੱਲ੍ਹ ਤੁਹਾਨੂੰ ਸਵੇਰੇ ਰਵਾਲਸਰ ਦਿਖਾਵਾਂਗੇ, ਫਿਰ ਇਹ ਤੋਂ ਬਾਅਦ ਆਪਾਂ ਅੱਗੇ ਮੰਡੀ ਨੂੰ ਚੱਲ ਪਾਂਗੇ। ਠੀਕ ਹੈ, ਵੀਡੀਓ ਲਾਈਕ, ਚੈਨਲ ਸਬਸਕ੍ਰਾਈਬ ਅਤੇ ਇੰਸਟਾਗ੍ਰਾਮ 'ਤੇ ਜਾ ਕੇ ਆਪਾਂ ਨੂੰ ਫੋਲੋ ਜ਼ਰੂਰ ਕਰ ਲਿਓ। ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।